ਕਹਿੰਦੇ ਨੇ ਪੰਜਾਬ ਦੀ ਜਵਾਨੀ ਆ ਪੰਜਾਬ ਦੀ ਜਵਾਨੀ ਰੋਜ਼ ਪਿਆਰ ਹੁੰਦਾ ਬਾਈ ਨੂੰ ਪਹਿਲਾਂ ਰੋਜ਼ ਕਿਸੇ ਕੁੜੀ ਨੂੰ ਸਕੂਟੀ ਤੇ ਜਾਂਦੇ ਉਰੇ ਆ ਕੇ ਨਾ ਇਹ ਕਹਿ ਦਿੰਦਾ ਬਾਈ ਤੇਰੀ ਭਰਜਾਈ ਮਿਲ ਗਈ ਸਾਨੂੰ ਕਿ ਗੱਲ ਕਰਾ ਦੇ। ਅੱਛਾ ਇੱਕ ਗੱਲ ਸਭ ਤੋਂ ਪੱਕੀ ਹੈ ਇਹਦੀ, ਕੋਈ ਵੀ ਕੁੜੀ ਲੰਘ ਰਹੀ ਹੋਵੇ ਬਾਕੀ ਜੇ ਕੋਈ ਹੋਰ ਮੁੰਡੇ ਕਹਿੰਦੇ ਬਾਈ ਕੁੜੀ ਜਾਂਦੀ ਹੈ ਇਹ ਕਹਿੰਦਾ ਮੈਨੂੰ ਦੇਖ ਰਹੀ ਹੈ, ਹੋਰ ਕਿਸੇ ਨੂੰ ਨਹੀਂ ਦੇਖਦੀ ਬਾਈ ਨੂੰ ਬਾਈ। ਅਨਮੈਰਿਡ ਫਰੈਂਡਸ ਨੂੰ ਫਿਰ ਆਪਣੇ ਨੂੰ ਕੀ ਸਲਾਹ ਦੋਗੇ ਵੀ ਵਿਆਹ ਕਰੋ ਸਾਰੇ ਬਾਈ, ਵਧੀਆ ਨਜ਼ਾਰੇ ਲਓ। ਕਾਲਜ ਦਾ ਪਿਆਰ ਦਾ ਐਕਸਪੀਰੀਅੰਸ ਹੈ ਨਹੀਂ ਮੇਰੇ ਭਾਈ ਨੂੰ। ਹਾਂਜੀ ਹਾਂ ਵੀਰੇ, ਸਕੂਲ ਦੇ ਵਿੱਚ ਫਿਰ ਪਹਿਲੀ ਸਹੇਲੀ ਬਣ ਗਈ? ਨਾ ਨਾ ਕਾਹਨੂੰ ਪਿੰਡ, ਭਰਜਾਈ ਦੋ ਦਿਨ ਪਹਿਲਾਂ ਰੁੱਸੀ ਹਟੀ ਹੈ, ਹੁਣ ਫੇਰ ਰਸਾਉਂਗੇ ਤੁਸੀਂ ਮੇਰੇ ਸਾਹ? ਪਿੰਡ ਵਾਲੀਆਂ ਨਹੀਂ ਗੁੱਸੇ ਹੁੰਦੀਆਂ ਔਨ ਕੈਮਰਾ ਬਣ? ਹਾਂ ਹਾਂ ਉਹ ਤਾਂ ਬਾਈ ਬਾਹਲੀਆਂ ਦਰਮੇਸ਼ ਹੁੰਦੀਆਂ ਤਾਂ ਪਿੰਡ ਵਾਲੀਆਂ ਦਾ। ਪਹਿਲੇ ਪਿਆਰ ਦੀ ਗੱਲ ਦੱਸ, ਪਹਿਲੇ ਪਿਆਰ ਦੀ ਕਾਹਨੂੰ ਪਿਆਰ ਯਾਰ? ਨਾ ਮੈਂ ਤਾਂ ਵੀਰੇ ਹਜੇ ਸਿੰਗਲ, ਆਪਾਂ ਐਤਕੀ ਸਿਆਲਾਂ 'ਚ ਬਣ ਰਹੀ ਆ ਸਲਾਹ, ਪਰ ਚਾਹ ਚੂ ਪੂਰਾ ਫਿਰ ਬਾਈ ਦੇ ਵਿਆਹ ਦਾ ਚਾਹ। ਹਾਂ ਪੂਰਾ ਵੀਰੇ, ਪੂਰਾ ਲੱਡੂ ਖਾਣ ਨੂੰ ਤਿਆਰ ਬੈਠੇ ਨੇ। ਕੁੜੀ ਲੱਭ ਦੋ ਤੁਹਾਡੇ ਚੈਨਲ ਦੇ ਮੀਡੀਅਮ ਤੋਂ। ਮੈਂ ਨਾ ਇਸ ਗੱਲ ਤੇ ਆਪਣੇ ਵੱਲੋਂ ਬੋਲਦਾ ਹੀ, ਆ ਰਿਸ਼ਤਾ ਇੱਕ ਪਹਿਲਾਂ ਵੀ ਅਸੀਂ ਕਰਾਤਾ ਸਾਡੇ ਚੈਨਲ ਆਊਟਰੂਟ ਗੇੜੀ ਦੇ ਵਿੱਚ, ਛਾਪ ਪਵਾਵਾਂਗੇ ਤੁਹਾਨੂੰ, ਛਾਪ ਕੜਾ ਦੋਏ ਹੋ। ਕਟਰੀਨਾ ਕੈਫ ਚਾਹੀਦੀ, ਕਰੀਨਾ ਕਪੂਰ ਚਾਹੀਦੀ, ਕਿੱਦਾਂ ਦੀ? ਫਿਰ ਇਹ ਰੋਟੀ ਤਾਰਿਆ ਕਰੂਗਾ ਜੇ ਕਟਰੀਨਾ ਕੈਫ ਆ ਗਈ। ਬਬਲ ਗਮ ਡਬਲ, ਬਬਲ ਗਮ ਡਬਲ, ਬਬਲ ਗਮ ਬਬਲ ਗਮ, ਬਬਲ ਗਮ ਡਬਲ, ਬਬਲ ਗਮ ਡਬਲ, ਬਬਲ ਗਮ ਬਬਲ ਗਮ, ਬਬਲ ਗਮ ਡਬਲ, ਬਬਲ ਗਮ ਡਬਲ, ਬਬਲ ਗਮ ਬਬਲ ਗਮ, ਬਬਲ ਗਮ ਡਬਲ, ਬਬਲ ਗਮ ਡਬਲ, ਬਬਲ ਗਮ ਬਬਲ ਗਮ, ਬਬਲ ਗਮ ਡਬਲ, ਬਬਲ ਗਮ ਡਬਲ, ਬਬਲ ਗਮ ਬਬਲ ਗਮ। ਕੀ ਬਾਤ ਹੈ ਬਾਈ, ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਡਾਕ 5 ਅਤੇ ਉਹਨਾਂ ਦਾ ਪਿਆਰਾ ਭਰਾ ਪ੍ਰੋਗਰਾਮ ਆਊਟਰੂਟ ਗੇੜੀ। ਸੋ ਪਹਿਲਾਂ ਫੇਸ 2 ਦੇ ਵਿੱਚ ਆਪਾਂ ਪਹੁੰਚੇ ਸੀਗੇ ਜੋ ਸਾਡਾ ਸੁਪਰ ਡੂਪਰ ਹਿੱਟ ਐਪੀਸੋਡ ਗਿਆ, ਅੱਜ ਫਿਰ ਤੋਂ ਪਹੁੰਚ ਚੁੱਕੇ ਹਾਂ ਅਤੇ ਇੱਥੇ ਰੌਣਕਾਂ ਲਾਵਾਂਗੇ। ਸਾਡੇ ਨਾਲ ਬਾਈ ਬੈਠੇ ਹੋਏ ਨੇ, ਪਹਿਲਾਂ ਤਾਂ ਦੱਸੋ ਸਾਡਾ ਸ਼ੋਅ ਕਿੱਦਾਂ ਦਾ ਲੱਗਿਆ ਜੀ? ਬਾਈ ਬਾਹਲਾ ਵਧੀਆ ਲੱਗਦਾ ਤੁਹਾਡਾ ਸ਼ੋਅ, ਅਤੇ ਬਾਈ ਦੀ ਰੀਲ ਫਿਰ ਕਿਹੋ ਜਿਹੀ ਲੱਗੀ? ਬਾਈ ਸਿਰਾ ਹੀ ਲਾਤਾ ਬਾਈ ਜੀ ਯਾਰ, ਕਿੰਨੀ ਕੁ ਵਾਇਰਲ ਹੋਈ ਸੀਗੀ ਬਾਈ, ਅੰਤਾਂ ਦੀ ਹੋ ਗਈ ਵਾਇਰਲ ਤਾਂ ਬਾਈ, ਗਾ ਹੀ ਪਾਤਾ ਬਾਈ ਨੇ। ਅੱਛਾ ਕੀ ਨਾਮ ਹੈ ਬਾਈ ਤੁਹਾਡਾ? ਬਾਈ ਮੇਰਾ ਨਾਮ ਚਰਨਜੀਤ ਸਿੰਘ। ਅੱਛਾ, ਤੇ ਜਦੋਂ ਰੀਲ ਦੇਖੀ ਸੀ ਬਾਈ, ਫਸਟ ਇੰਪ੍ਰੈਸ਼ਨ ਕੀ ਸੀਗਾ ਵੀ ਬਾਈ ਨੇ ਸੱਚ ਬੋਲਿਆ? ਬਾਈ ਸੱਚ ਤਾਂ ਬਾਈ ਹਮੇਸ਼ਾ ਹੀ ਬੋਲਦਾ ਉਹ ਤਾਂ। ਅੱਛਾ, ਤੇ ਪਿਆਰ ਦੇ ਬਾਰੇ ਫਿਰ ਤੁਸੀਂ ਦੱਸੋ ਪਹਿਲਾਂ, ਤੇ ਕੀ ਮਹੱਤਤਾ ਹੁੰਦੀ ਪਿਆਰ ਦੀ ਆਪਣੀ ਜ਼ਿੰਦਗੀ ਦੇ ਵਿੱਚ? ਬਾਈ ਇਸ ਤਾਂ ਵਿਆਹ ਹੀ ਭਰੇ ਆ ਯਾਰ, ਹੁਣ ਕੀ ਦੱਸੀਏ ਮਹੱਤਵਾ, ਦੋਹਦੀ ਰੱਖਦੇ ਹੱਥ ਰੱਖ ਲਿਆ। ਸਹੀ ਗੱਲ ਆ ਬਾਈ ਜੀ, ਵਿਆਹ ਆ ਬੰਦਾ ਵਧੀਆ ਲੱਗ ਰਹਿੰਦਾ ਕਿ ਕੁਵਾਰਾ? ਬਾਈ ਵਿਆਹ ਵਾ ਰਹਿੰਦਾ ਵਧੀਆ ਤਾਂ ਵੈਸੇ। ਤੇ ਅਨਮੈਰਿਡ ਫਰੈਂਡਸ ਨੂੰ ਫਿਰ ਆਪਣੇ ਨੂੰ ਕੀ ਸਲਾਹ ਦੋਗੇ ਵੀ ਵਿਆਹ ਕਰੋ ਸਾਰੇ ਬਾਈ, ਵਧੀਆ ਨਜ਼ਾਰੇ ਲਓ? ਅੱਛਾ, ਕਾਲਜ ਟਾਈਮ ਦੀ ਦੱਸੋ ਪਹਿਲਾਂ ਤੇ ਗੱਲ, ਕਾਲਜ ਦੇ ਵਿੱਚ ਯਾਰ ਬੇਲੀ ਸਾਰੇ ਇਕੱਠੇ ਸੀਗੇ? ਨਹੀਂ ਨਹੀਂ ਬਾਈ, ਇਸ ਤਾਂ ਬਾਈ ਸਕੂਲ ਤੱਕ ਪੜੇ ਨੇ, ਕਾਲਜ ਗਏ ਨਹੀਂ, ਕਾਲਜ ਦਾ ਪਿਆਰ ਦਾ ਐਕਸਪੀਰੀਅੰਸ ਹੈ ਨਹੀਂ ਮੇਰੇ ਭਾਈ ਨੂੰ। ਹਾਂਜੀ ਹਾਂ ਵੀਰੇ, ਸਕੂਲ ਦੇ ਵਿੱਚ ਫਿਰ ਪਹਿਲੀ ਸਹੇਲੀ ਬਣ ਗਈ? ਨਾ ਨਾ ਕਾਹਨੂੰ ਪਿੰਡ, ਤੁਸੀਂ ਬਾਈ ਦਾ ਘੱਟ ਤੋੜੋਗੇ, ਮੇਰੀ ਗੱਲ ਸੁਣੋ ਵੀਰੇ, ਬਾਈ ਨੇ ਹਲੇ ਚਲੋ ਭਰਜਾਈ ਦੋ ਦਿਨ ਪਹਿਲਾਂ ਰੁੱਸੀ ਹਟੀ ਹੈ, ਹੁਣ ਫੇਰ ਰਸਾਉਂਗੇ ਤੁਸੀਂ ਮੇਰੇ ਸਾਹ? ਅੱਜ ਫਿਰ ਕਹਿ ਦੋ ਭਾਬੀ ਜੀ ਨੂੰ ਗੁੱਸਾ ਨੇ, ਮਨਾ ਲਓ ਔਨ ਕੈਮਰਾ। ਗੁੱਸਾ ਬਾਈ ਪਿੰਡ ਵਾਲੀਆਂ ਨਹੀਂ ਗੁੱਸੇ ਹੁੰਦੀਆਂ ਔਨ ਕੈਮਰਾ ਬਣ? ਹਾਂ ਹਾਂ ਉਹ ਤਾਂ ਬਾਈ ਬਾਹਲੀਆਂ ਦਰਮੇਸ਼ ਹੁੰਦੀਆਂ ਤਾਂ ਪਿੰਡ ਵਾਲੀਆਂ ਦਾ। ਪਹਿਲੇ ਪਿਆਰ ਦੀ ਗੱਲ ਦੱਸ, ਪਹਿਲੇ ਪਿਆਰ ਦੀ? ਭਾਬੀ ਹੋਰ ਕਿੱਥੇ ਬਾਈ, ਕਾਹਦੇ ਪਿਆਰ ਯਾਰ ਭਾਬੀ ਜੀ ਦੇ ਨਾਲ? ਬਾਈ ਉਹ ਨੂੰ ਪੁੱਛੋ, ਉਹਨੂੰ ਪੁੱਛੋ ਬਾਈ, ਪਹਿਲਾਂ ਤੁਸੀਂ ਦੱਸੋ ਭਾਬੀ ਜੀ ਦੇ ਨਾਲ ਕਿੰਨਾ ਕੁ ਪਿਆਰ ਆ? ਬਾਈ ਬਾਲਾ ਬਾਲਾ ਯਾਰ, ਬਾਲਾ ਮੂੰਹ ਆਦਲੇ। ਮੈਂ ਕਹਿੰਦਾ ਕੈਮਰਾਮੈਨ ਜੀ ਇੱਧਰ ਫੋਕਸ ਕਰੋ, ਆਪਾਂ ਮਨਾ ਦੇਣੀ ਆ ਭਾਬੀ ਜੀ, ਮਨਾ ਦੇਣੇ ਨੇ, ਕੋਈ ਚੱਕਰ ਵਾਲੀ ਗੱਲ ਨਹੀਂ। ਬਿਨਾ ਫੋਨ ਆਏ ਭੱਜ ਲੈਂਦਾ ਇਹ, ਬਿਨਾ ਫੋਨ ਆਏ ਭੱਜ ਲੈਂਦਾ, ਇੰਨਾ ਪਿਆਰ ਕਰਦਾ ਭਰਜਾਈ ਨੂੰ। ਹਾਂ ਅੱਛਾ, ਸਾਡੇ ਅਸੀਂ ਇੱਥੇ ਖੜੇ ਹੁੰਨੇ ਆ, ਬਸ ਸਾਡੇ ਜਨੇ ਚੁੱਪਕੇ ਜੇ ਲੰਘ ਜਾਣਾ ਵੀਰੇ, ਇਹਦੀ ਨਾ ਟਾਈਮ ਲਿਮਿਟ ਹੈ। ਹਾਂ 8 ਵਜੇ ਤੱਕ ਤਾਂ ਜੇ ਪਹੁੰਚ ਗਿਆ ਇਹ ਤਾਂ ਇਹਨੂੰ ਘਰੇ ਮਿਲਦਾ ਪਿਆਰ, ਨਹੀਂ ਮਿਲਦੇ ਨੇ 76, ਜੇ 7:15 ਵੀ ਹੋ ਗਿਆ 5 7:76 ਨੇ, 9 9:30 ਹੋ ਗਏ 10 15 ਹੋ ਜਾਂਦੇ ਨੇ ਬਾਈ,
ਜਿਵੇਂ ਜਿਵੇਂ ਲੇਟ ਹੋਈ ਜਾਂਦਾ ਛਿੱਤਰ ਵਧੀ ਜਾਂਦੇ ਨੇ, ਪਿਆਰ ਘਟੀ ਜਾਂਦਾ, ਉਹ ਕੰਮ ਹੈ ਬਾਈ ਦਾ। ਟਾਈਮ ਦੇ ਹਿਸਾਬ ਨਾਲ, ਟਾਈਮ ਦੇ ਹਿਸਾਬ ਨਾਲ, ਜਿਹੇ ਜਿਹਾ ਟਾਈਮ ਉਹੇ ਜਿਹਾ ਪਿਆਰ। ਅੱਛਾ ਬਾਈ, ਤੁਹਾਨੂੰ ਤੇ ਪੱਕੀ ਪਕਾਈ ਮਿਲ ਜਾਂਦੀ ਆ, ਜਦੋਂ ਕਦੇ ਦਾਲ ਦੇ ਵਿੱਚ ਨੂਣ ਮਿਰਚ ਘੱਟ, ਫਿਰ ਕਹਿੰਦੇ ਹੋ ਭਾਬੀ ਨੂੰ ਵੀ ਆਹ ਕੀ ਬਣਾਤਾ ਯਾਰ ਤੂੰ। ਯਾਰ ਉਹ ਤਾਂ ਰੱਬ ਦੀ ਬੰਦੀ ਐਨ ਪ੍ਰੋਪਰ ਚੀਜ਼ ਬਣਾਉਂਦੀ ਆ, ਉਹਨੇ ਕਦੇ ਨੀ ਐਵੇਂ ਕਰਿਆ। ਸਾਡੇ ਪਿੱਛੇ ਉੱਥੇ ਵਿਘਨੇ ਆ ਪੈ ਰਿਹਾ ਸੀਗਾ, ਫਰੇਮਾਂ ਦਾ ਚੱਕਰ ਹੋ ਰਿਹਾ। ਬਾਈ ਹੋਰੀ ਕਹਿੰਦੇ ਆਪਾਂ ਵਧੀਆ ਫਰੇਮ, ਸੋਹਣੇ ਸੋਹਣੇ ਮੁੰਡੇ, ਮੈਂ ਕਿਹਾ ਸੁਨੱਖੀ ਬਣੇ ਵੀਡੀਓ ਬਾਈ। ਸਭ ਤੋਂ ਪਹਿਲਾਂ ਤੇ ਕੰਨਾਂ ਚ ਮੁੰਦਰਾ ਪਾਈਆਂ ਹੋਈਆਂ ਨੇ, ਬਿਲਕੁਲ ਪਾਈਆਂ ਨੇ ਵੀਰੇ, ਤੇ ਗਾਣਾ ਆਇਆ ਕਰਨ ਬਾਪੂ ਨੇ ਪਵਾਈਆਂ ਨੇ ਸ਼ੌਂਕ ਨਾਲ, ਓਲੇ ਦਾ ਗਾਣਾ ਆਇਆ, ਇੱਕ ਕੁੜੀ ਫੈਨ ਹੋ ਗਈ ਓਚਲੇ ਦੇ, ਕਰਨ ਓਜਲੇ ਨਾਲ ਨਹੀਂ ਬਣਦੀ ਸਾਡੀ, ਇਹਦੇ ਨਾਲ ਬਣਦੀ, ਭਾਵੇਂ ਉਹਨੇ ਵੀ ਪਾਈਆਂ ਨੇ ਪਰ ਸਾਡੀ ਉਹਦੇ ਨਾਲ ਬਣਦੀ, ਇਹਦੇ ਨਾਲ ਬਣਦੀ, ਮੂਸੇ ਵਾਲੇ ਨਾਲ ਬਣਦੀ ਸਾਡੀ, ਸਾਰੇ ਅਸੀਂ ਸਾਰਿਆਂ ਦੀ ਮੂਸੇ ਵਾਲੇ ਨਾਲ ਬਣਦੀ ਆ। ਕਰਨ ਓਜਲੇ ਦਾ ਗਾਣਾ ਤਾਂ ਅਸੀਂ ਵੀਰੇ ਸਕਿੱਪ ਕਰ ਦਿੰਦੇ ਆ, ਤੇ ਗਾਉਂਦਾ ਵਧੀਆ ਉਹ ਵੀ, ਮਾੜਾ ਨਹੀਂ ਅਸੀਂ ਕਹਿੰਦੇ, ਪਰ ਨਹੀਂ ਸਾਨੂੰ ਕੰਨਾਂ 'ਚ ਆਵਾਜ਼ ਉਹਦੀ ਨਹੀਂ ਵਧੀਆ ਲੱਗਦੀ, ਕੁਛ ਦੋ ਤਿੰਨ ਗੱਲਾਂ ਉਹਦੀਆਂ ਇਹੋ ਜਿਹੀਆਂ ਨੇ, ਨਹੀਂ ਸਾਡੂ ਹੈਗੀਆਂ ਮੈਟਰ ਕਰ। ਯਾਰ ਦੋਸਤ ਸਾਰੇ ਖੜੇ ਹੋਏ ਬਾਈ ਪਹਿਲਾਂ, ਤੇ ਯਾਰੀ ਦੀ ਮਹੱਤਤਾ ਤੁਸੀਂ ਸਭ ਤੋਂ ਜ਼ਿਆਦਾ ਵਧੀਆ ਜਾਣਦੇ ਹੋਵੋਗੇ, ਮੈਨੂੰ ਯਾਰੀ ਦੀ ਮਹੱਤਤਾ ਬਾਰੇ ਦੱਸੋ। ਯਾਰੀ ਦੀ ਮਹੱਤਤਾ ਹੈ ਬਾਈ, ਇਹਨੇ ਜਾਣਾ ਸੀਗਾ ਨਾਭੇ, ਆਹ ਦੇਖ ਸੁਣ, ਇਹਨੇ ਜਾਣਾ ਸੀਗਾ ਨਾਭੇ, ਸਵੇਰੇ ਇਹਨੇ ਮੈਨੂੰ ਫੋਨ ਕਰਿਆ ਨਹੀਂ ਵੀ ਜਾਣਾ, ਇਹਨੇ ਮੈਨੂੰ ਫੋਨ ਕਰਿਆ ਦੁਪਹਿਰੇ, ਦੁਪਹਿਰੇ ਜੀ ਕਰੇ 12-12 ਇੱਕ ਵਜੇ, ਜਦ ਤੱਕ ਮੈਂ ਕੰਡਿਆਂ ਵਾਲੀ ਤਾਰ ਪੱਟ ਲਈ, ਪਿੰਡ ਕੰਡਿਆਂ ਵਾਲੀ ਤਾਰ ਲਾਈ ਹੋਈ ਸੀ, ਡੰਗਰਾਂ ਨੂੰ ਵਾੜ ਕਰੀ ਹੋਈ ਸੀ ਬਾਈ, ਫਿਰ ਇਹ ਕਹਿੰਦਾ ਵੀ ਹੁਣ ਮੇਰੇ ਨਾਲ ਚੱਲ, ਮੈਂ ਕੰਡਿਆਂ ਵਾਲੀ ਤਾਰ ਪੱਟੀ ਬੈਠਾ, ਮੈਂ ਕਿਹਾ ਵੀ ਹੁਣ ਮੈਂ ਕਿੱਥੋਂ ਵੱਜ ਜਾਂ, ਮੈਂ ਕਿਹਾ ਮੈਨੂੰ ਬੰਦਾ ਦੇ ਦੇ ਦਿਹਾੜੀ ਦੇ, ਫਿਰ ਚੱਲਦਾ ਤੇਰੇ ਨਾਲ, ਹੁਣ ਅੱਜ ਇਹ ਮੇਰੇ ਨਾਲ ਰੋਸੇ ਮਨਾ ਰਿਹਾ, ਹੁਣ ਕਹਿੰਦਾ 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 ਤੂੰ ਆਇਆ ਨਹੀਂ ਮੈਨੂੰ ਜਵਾਬ ਦੇ ਗਿਆ। ਫਿਰ ਮੈਂ ਇਹਨੂੰ ਕਿਹਾ, ਮੈਂ ਕਿਹਾ ਅੱਗੇ ਦੇਖ ਜਿੰਨੀ ਵਾਰੀ ਤੂੰ ਮੈਨੂੰ ਬੁਲਾਇਆ ਮੈਂ ਆਇਆ, ਜੇ ਤੂੰ ਮੈਨੂੰ ਪਹਿਲੇ ਟਾਈਮ ਫੋਨ ਕਰਦਾ ਮੈਂ ਬੰਦਾ ਦਿਹਾੜੀ 'ਤੇ ਲਿਆਉਂਦਾ, ਹੁਣ 12-1 ਵਜੇ ਬੰਦਾ ਵੀ ਨਹੀਂ ਮਿਲਦਾ, ਹੈ ਨਾ, ਟਾਈਮ ਚੱਲ ਰਿਹਾ ਸੀਜ਼ਨ ਦਾ, ਕੰਡਿਆਂ ਵਾਲੀ ਤਾਰ ਸਾਡੇ ਐਂ ਬਾਈ ਬਾਈਪਾਸ ਨੇੜੇ ਆ, ਲੋਕ ਨਾ ਟਰੱਕਾਂ ਦੇ ਟਰੱਕ ਤਾਰ ਜਾਂਦੇ ਆ ਡੰਗਰਾਂ ਦੇ ਉੱਪਰ, ਅਤੇ ਉਹ ਸਾਡੇ ਹੀ ਆਉਂਦੇ ਆ, ਫਿਰ ਹੁਣ ਬਾਈ ਪੋਦ ਖਰਾਬ ਕਰਦੇ ਆ, ਡੰਗਰਾਂ ਦੇ ਪੱਠੇ ਖਾ ਜਾਂਦੇ ਆ, ਡੈਰੀ ਫਾਰਮ ਆਪਣਾ, ਅਤੇ ਨੁਕਸਾਨ ਕਰਦੇ ਆ, ਮਤਲਬ ਬੂਟੇ ਫਲਾਂ ਵਾਲੇ ਤੋੜ ਜਾਂਦੇ ਆ ਰਾਤ ਨੂੰ, ਤਾਂ ਕਰਕੇ ਉਹ ਕੰਡਿਆਂ ਵਾਲੀ ਤਾਰ ਸਾਨੂੰ ਜ਼ਰੂਰੀ ਆ, ਫਿਰ ਉਹ ਅਸੀਂ ਰਾਤ ਨੂੰ 8 ਵਜੇ ਤੱਕ ਲਾ ਕੇ ਮੰਨੇ ਤਾਰ, ਐਵੇਂ ਆ ਸਿਸਟਮ। ਬਾਕੀ ਯਾਰੀ ਦੀ ਮਦਦ ਤਾਂ ਐਂ ਵੀਰੇ, ਹੁਣ ਦੇਖ ਹੁਣ ਥੋੜ੍ਹਾ ਜਿਹਾ ਸਰ ਇਹ ਵਿਆਹੇ ਗਏ ਕੁਛ ਬੰਦੇ ਵਿੱਚੋਂ, ਤੁਸੀਂ ਨਾ, ਮੈਂ ਤਾਂ ਵੀਰੇ ਸਿੰਗਲ, ਆਪਾਂ ਐਤਕੀ ਸਿਆਲਾਂ 'ਚ ਬਣ ਰਹੀ ਆ ਸਲਾਹ, ਪਰ ਆਪ ਜਲ ਚ ਫਸ ਗਏ, ਆਪ ਤਾਂ ਨਿਕਲ ਨੀ ਸਕਦੇ, ਨਾਲਦਿਆਂ ਨੂੰ ਫਸਾ ਕੇ ਦੁੱਖ ਸਾਂਝਾ ਕਰ ਲਾਂਗੇ ਸਾਰੇ। ਆਹ ਬਾਈ ਜਿਹੜਾ ਸਾਡਾ ਚੰਨੀ ਚੰਨੀ, ਆ ਜਾਓ ਵੀਰੇ, ਬਾਈ ਕਹਿੰਦਾ ਸੀ ਕਿ ਬੜਾ ਭਰਜਾਈ ਦੀ ਤਾਰੀਫਾਂ ਕਰ ਰਿਹਾ ਸੀ, ਪਿੱਛੋਂ ਗੱਲਾਂ ਬਾਈ ਦੀ ਹੋਰ ਨੇ, ਅੱਗੇ ਗੱਲਾਂ ਹੋਰ ਨੇ ਕੈਮਰੇ ਦੇ, ਕਹਿੰਦੇ ਲੱਡੂ ਵੰਡ ਕੇ ਖਾਓ ਸਾਰੇ ਜਾਣੇ, ਉਹੀ ਤਾਂ ਬਾਈ ਦੇਖ ਯਾਰ, ਕਰਾਉਣਾ ਆਣਾ ਇੱਕ ਕੁਦਰਤ ਨੇਚਰ ਆ, ਜਿਹੜਾ ਖਾਵੇ ਉਹ ਵੀ ਪਛਤਾਵੇ, ਜਿਹੜਾ ਨਾ ਖਾਵੇ ਉਹ ਵੀ ਪਛਤਾਵੇ, ਖਾਣਾ ਤਾਂ ਪੈਣਾ ਹੈ ਨਾ, ਉਦੋਂ ਬਾਅਦ ਦੇਖੀ ਜਾਊਗੀ, ਪਰ ਆਪਣਾ ਸੁਭਾਅ ਇੱਦਾਂ ਦਾ ਨਹੀਂ ਹੈਗਾ ਵੀ ਫੋਨ ਆ ਗਿਆ ਭੱਜ ਲਏ, ਆ ਜੇ ਬੈਠ ਖੜੇ ਨੇ ਤਾਂ ਇਹਨਾਂ ਨਾਲ ਖੜੇ ਆ। ਅੱਛਾ ਬਾਈ, ਆਪਣੀ ਜਿਹੜੀ ਜਵਾਨੀ ਆ ਸਾਰੀ ਪੰਜਾਬ ਦੀ ਬਾਹਰ ਵੱਲ ਨੂੰ ਭੱਜ ਰਹੀ ਆ, ਤੇ ਮੈਂ ਤੁਸੀਂ ਜਿੱਦਾਂ ਕਿਹਾ ਵੀ ਡੰਗਰਾਂ ਦਾ ਕੰਮ ਆਪਣਾ ਡੈਰੀ ਫਾਰਮ ਸਾਰੇ ਪਿੰਡਾਂ ਦੇ ਵਿੱਚੋਂ ਲੱਗਦੇ ਹੋ, ਮੈਨੂੰ ਪਿੰਡ ਦੇ ਵਿੱਚ ਤੁਸੀਂ ਰਹਿ ਰਹੇ ਹੋ, ਬਾਹਰ ਵਾਲਿਆਂ ਨੂੰ ਕੀ ਸਲਾਹ ਦਿਓਗੇ ਬਾਈ? ਬਾਈ ਦੇਖ ਹੁਣ ਐਵੇਂ ਆ, ਬਾਹਰੇ ਹੁਣ ਕਿੰਨਾ ਔਖਾ ਹੋ ਰਿਹਾ, ਮੇਰੇ ਚਾਚੇ ਦਾ ਮੁੰਡਾ ਗਿਆ ਆ, ਉਹਨੂੰ ਕੁਛ ਵੀ ਨਹੀਂ ਹੋਇਆ ਜੇ ਗਏ ਨੂੰ, ਅਤੇ ਉਹਨੂੰ ਇੰਨੀ ਕੁ ਵਿਚਾਰੇ ਨੂੰ ਹੁਣ ਮਿਹਨਤ ਕਰਨੀ ਪੈ ਰਹੀ ਆ, ਉਰੇ ਹੋ ਲੈਂਦਾ ਸੀ ਨਜ਼ਾਰੀ, ਸਵੇਰੇ ਗੱਡੀ ਚੱਕਣੀ ਉਹਨੇ, ਰਾਤ ਨੂੰ ਵੜਨਾ 9 ਵਜੇ ਘਰੇ, ਫੁੱਲ ਸਵਾਦ ਲਿਆ ਉਹਨੇ, ਮੈਂ ਵੀ ਲਿਆ, ਉਹਨੇ ਵੀ ਲਿਆ,
ਤੇ ਹੁਣ ਜਦੋਂ ਉੱਥੇ ਚਲੇ ਗਿਆ ਉੱਥੇ ਹੁਣ ਸਵੇਰੇ ਲੋਅਰ ਟੀ ਸ਼ਰਟ ਜੀ ਪਾ ਕੇ ਚਲ ਜਾਂਦਾ, ਸਾਰਾ ਦਿਨ ਥੋੜ੍ਹਾ ਚਲਾਉਂਦਾ, ਫਰਸ਼ਾਂ ਦਾ ਕੰਮ ਕਰਦੇ ਆ ਉਹ, ਭੰਨ ਲਈ ਪਾਤੀ। ਅਤੇ ਮੇਰੀ ਲੱਗੀ ਹੋਈ ਆ USA ਦੀ PR ਦੀ ਫਾਈਲ। ਹੁਣ ਸਾਹਿਬ ਮੇਰਾ ਇਹੋ ਜਾਂਦੇ ਮੈਂ ਮਿਸ ਕਰਦਾ, ਮੈਂ ਨਹੀਂ ਜਾਂਦਾ, ਕਿਉਂਕਿ USA 'ਚ ਵੀ ਲਾਈਫ ਔਖੀ ਹੋ ਗਈ ਉਰੇ ਯਾਰ। ਆਪਦਾ ਸਵਾਦ ਆ ਦੇਖ, ਆਪਦਾ ਘਰ ਆ, ਡੰਗਰ ਰੱਖੇ ਹੋਏ ਨੇ, ਖੇਤੀ ਕਰਦੇ ਹਾਂ, ਪ੍ਰੋਪਰਟੀ ਸੇਲ ਪਰਚੇਜ ਦਾ ਬਿਜ਼ਨਸ ਆ, ਰੈਸਟੋਰੈਂਟ ਆ, ਠੀਕ ਆ। ਇੱਥੇ ਲਾਈਫ ਹੁਣ ਵਧੀਆ ਚੱਲ ਰਹੀ ਆ, ਜਿਵੇਂ ਕਹਿ ਲਓ ਵੀ ਯਾਰ ਇੱਕ ਪੈਸੇ ਦੀ ਤਮਾ ਨਹੀਂ ਬੰਦੇ ਦੀ ਭਰਦੀ, ਨਹੀਂ ਭਰਦੀ ਨਾ। ਹੁਣ ਅੰਬਾਨੀ ਗਾਣੇ ਦੀ ਵੀ ਗੱਲ ਹੈ, ਪੈਸੇ ਨਾਲ ਕਦੇ ਤਮਾ, ਬਿਲਕੁਲ ਬਿਲਕੁਲ ਨਹੀਂ ਭਰਦੀ ਵੀਰੇ, ਪੈਸੇ ਦੀ ਤਮਾ ਨਹੀਂ ਬੰਦੇ ਦੀ ਭਰਦੀ, ਇਹ ਵੱਧਦੀ ਜਾਂਦੀ ਆ। ਇਹ ਮਨ 'ਤੇ ਕੰਟਰੋਲ ਕਰਨਾ ਜਿਹਨੂੰ ਆ ਗਿਆ ਉਹ ਬੰਦਾ ਕਾਮਯਾਬ ਆ। ਜਿਹੜਾ ਭੁੱਖ 'ਚ ਹਾਏ ਹਾਏ ਕਰੀ ਜਾਂਦਾ ਉਹ ਬੰਦਾ ਇੱਕ ਨਾ ਇੱਕ ਦਿਨ ਮੁੱਦੇ ਮੂੰਹ ਗਿਰਦਾ। ਇਹ ਕੰਟਰੋਲ ਕਰਨਾ ਜ਼ਰੂਰੀ ਆ। ਹੁਣ ਦੇਖ ਉਰੇ ਐਵੇਂ ਆ, ਕੰਮ ਕਰੀਏ ਨਾ ਕਰੀਏ ਕੋਈ, ਮੈਂ ਕਹਿਣਾ ਅਸੀਂ ਕਹੀ ਹੱਥ ਵੀ ਨਾ ਲਾਈਏ, ਇਹ ਪਤਾ ਵੀ ਸ਼ਾਮ ਨੂੰ ਰੋਟੀ ਮਿਲ ਜਾਣੀ ਆ ਘਰੇ ਜਾ ਕੇ, ਹੈ ਨਾ। ਉੱਥੇ ਬਾਈ ਰੈਂਟ ਕਰਦਾ, ਫਿਰ ਰੋਟੀ ਸਾਰੀ ਉੱਥੇ ਗਰੋਸਰੀ ਕਰਨੀ ਪੈਣੀ ਆ। ਉਰੇ ਜੇ ਆਪਾਂ ਗਰੋਸਰੀ ਨਾ ਵੀ ਕਰੀਏ ਨਾ, ਸਾਰਾ ਕੁਛ ਕਰਦਾ ਆ, ਸਬਜ਼ੀਆਂ ਘਰ ਦੀਆਂ, ਦਾਲਾਂ ਵੀ ਬੀਜ ਸਕਦੇ ਹਾਂ ਆਪਾਂ, ਚਲੋ ਲੂਣ ਮਿਰਚ ਲੈਣਾ ਪਿਆ, ਮਿਰਚ ਵੀ ਹੁੰਦੀ ਆ ਘਰ ਦੀ, ਹੈ ਨਾ, ਲੂਣ ਤਾਂ ਕੋਈ ਵੱਡੀ ਮੈਟਰ ਨਹੀਂ ਹੈਗਾ, ਲੂਣ ਵਾਧੂ ਫਿਰਦਾ, ਹੈ ਨਾ। ਅਤੇ ਵੀ ਉਰੇ ਲਾਈਫ ਈਜ਼ੀ ਆ, ਉੱਥੇ ਲਾਈਫ ਬਹੁਤ ਜ਼ਿਆਦਾ ਸਟਰਗਲ ਹੋ ਗਈ। ਹੁਣ ਅੱਜ ਤੋਂ ਜਿਹੜੇ 4-5 ਸਾਲ ਪਹਿਲਾਂ ਗਏ ਆ ਨਾ, ਉਹਨਾਂ ਦੀ ਲਾਈਫ ਠੀਕ ਆ, ਉਹ ਕੁਛ PR ਹੋ ਗਏ, ਕੁਛ ਹੋਣ ਵਾਲੇ ਨੇ, ਬਾਕੀ ਆਪਦੇ ਮਾਂ ਬਾਪ ਉਹਨਾਂ ਨੇ ਸੱਦ ਲਏ ਉੱਥੇ, ਕੁਛ ਇੱਕ ਹੋਰ ਚੱਲ ਰਿਹਾ ਵੀਰੇ। ਹੁਣ ਉੱਧਰ ਜਦੋਂ ਮੁੰਡੇ ਚਲੇ ਜਾਂਦੇ ਆ, ਮਾਂ ਬਾਪ ਨੂੰ ਬੁਲਾ ਲਿਆ, ਉਹ ਫਿਰ ਬਾਪੂ ਨੂੰ ਵਾਲੇ ਇਹ ਸਲਾਹ ਕਰਦੇ ਆ ਵੀ ਬਾਪੂ ਉੱਥੇ ਆਪਾਂ ਸਾਰਾ ਕੁਛ ਵੇਚ ਲਈਏ, ਵੀ ਜ਼ਮੀਨ ਵੀ ਵੇਚ ਦਈਏ, ਘਰ ਵੀ ਵੇਚ ਦਈਏ, ਇੱਥੇ ਬਿਜ਼ਨਸ ਸ਼ੁਰੂ ਕਰਦੇ ਹਾਂ ਕਨੇਡਾ 'ਚ। ਬਾਈ ਉਹ ਤਾਂ ਜ਼ਮੀਨ ਵੇਚਦੀ ਉਹਨਾਂ ਨੇ, ਉਹ ਕਿਸੇ ਨੇ ਲੈ ਲਈ, ਚੱਲ ਲਾਲੇ ਨੇ ਲੈ ਲਈ ਕਿਸੇ ਨੇ। ਹੁਣ ਜੱਟਾਂ ਜ਼ਿਮੀਂਦਾਰਾਂ ਕੋਲ ਇੰਨਾ ਪੈਸਾ ਨਹੀਂ ਹੈਗਾ ਵੀ ਜ਼ਮੀਨਾਂ ਦੇ ਟੱਕ ਖਰੀਦ ਲੈਣ, ਉਹ ਤਾਂ ਇਹ ਆ ਵੀ ਕਿਤੋਂ ਵੀ ਆਪਦੀ ਵੇਚ ਲਈ ਕਿਤੇ ਖਰੀਦ ਲਈ, ਹੈ ਨਾ, ਇੱਦਾਂ ਚੱਲਦਾ ਸਿਸਟਮ ਆ। ਉਹ ਲੈਂਦੇ ਨੇ ਲਾਲੇ ਬਾਣੀਏ ਜਿਨ੍ਹਾਂ ਕੋਲ ਕਰੋੜਾਂ ਰੁਪਈਆ, ਅਤੇ ਇਸ ਕਰਕੇ ਆਪਣੇ ਜ਼ਿਮੀਂਦਾਰਾਂ ਦੇ ਹੱਥਾਂ 'ਚੋਂ ਜ਼ਮੀਨ ਖਿਸਕ ਰਹੀ ਆ, ਘੱਟਦੀ ਜਾ ਰਹੀ ਆ। ਹੁਣ ਜਿਵੇਂ ਲੋਕ ਵੇਚੀ ਜਾਂਦੇ ਆ, ਫੈਕਟਰੀਆਂ ਲੱਗ ਰਹੀਆਂ, ਮੈਂ ਬਈ ਲੁਧਿਆਣੇ ਲਾ ਕੇ ਆਇਆ 3 ਕੁ ਮਹੀਨੇ, ਲੁਧਿਆਣੇ ਦੀ ਕੰਡੀਸ਼ਨ ਇੰਨੀ ਕੁ ਜ਼ਿਆਦਾ ਮਾੜੀ ਆ ਨਾ, ਵਰਸ ਕੰਡੀਸ਼ਨ ਆ। ਆਲੇ ਦੁਆਲੇ ਜਿੰਨੇ ਪਿੰਡ ਨੇ ਬਈ, ਉਹ ਹੁਣ ਪਿੰਡਾਂ ਦੀਆਂ ਫਿਰਨੀਆਂ ਹੁੰਦੀਆਂ ਨੇ, ਵੱਧ ਤੋਂ ਵੱਧ ਉਹ 'ਤੇ ਪ੍ਰਚੂਨ ਦੀ ਦੁਕਾਨ ਹੁੰਦੀ ਆ ਬਈ, ਉੱਥੇ ਫਿਰਨੀਆਂ ਅਤੇ ਫੈਕਟਰੀਆਂ ਨੇ, ਅਰਕਾ ਵਾਲੀਆਂ ਫੈਕਟਰੀਆਂ। ਜਿਨ੍ਹਾਂ ਬੰਦਿਆਂ ਨੇ ਜ਼ਮੀਨਾਂ ਵੇਚੀਆਂ ਉਹਨਾਂ ਨੂੰ ਪੈਸੇ ਦਾ ਹਿਸਾਬ ਨਹੀਂ ਸੀਗਾ, ਯੂਜ਼ ਕਰਨਾ ਨਹੀਂ ਆਇਆ, ਅੱਜ ਉਹੀ ਬੰਦੇ ਉਹਨਾਂ ਹੀ ਫੈਕਟਰੀਆਂ 'ਚ ਕੰਮ ਕਰ ਰਹੇ ਨੇ, ਸਹੀ ਆ ਨਾ। ਤਾਂ ਇਸ ਕਰਕੇ ਆ ਵੀ ਜਿਹੜੀ ਆਪਦੀ ਪ੍ਰੋਪਰਟੀ ਆ ਸਾਂਭ ਕੇ ਰੱਖੋ। ਹਾਂ ਠੀਕ ਆ, ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਤੁਸੀਂ ਸੇਲ ਕਰਕੇ ਪੈਸਾ ਨਾ ਖਰਾਬ ਕਰੋ, ਉਹਨੂੰ ਯੂਜ਼ ਕਰਨਾ ਸਿੱਖੋ ਵੀ ਪੈਸੇ ਦਾ ਯੂਜ਼ ਕਿੱਦਾਂ ਹੁੰਦਾ, ਹੈ ਨਾ। ਹੁਣ ਮੈਂ ਰੈਸਟੋਰੈਂਟ ਲਿਆ, ਮੈਂ ਲੀਜ਼ 'ਤੇ ਲਿਆ ਆ, ਮੈਂ ਮੁੱਲ ਨਹੀਂ ਲਿਆ ਹੈਗਾ ਅਜੇ, ਲੀਜ਼ 'ਤੇ ਲਿਆ। ਬਟ ਹੁਣ ਲੀਜ਼ 'ਤੇ ਲੈ ਕੇ ਮੈਂ ਉਹਦਾ 3 ਮਹੀਨਿਆਂ ਦਾ ਪ੍ਰੋਸੈਸ ਕੱਢ ਕੇ ਫਿਰ ਉਹ 'ਚ ਦੇਖਣਾ ਵੀ ਕੀ ਮੇਰਾ ਖਰਚਾ, ਕੀ ਮੈਨੂੰ ਬਚਿਆ, ਹੈ ਨਾ। ਫਿਰ ਮੈਂ ਉਹਨੂੰ ਮੁੱਲ ਲੈਣ ਦੀ ਸਲਾਹ ਬਣਾਊਂਗਾ, ਹਜੇ ਮੈਂ ਮੁੱਲ ਲੈਣ ਦੀ ਸਲਾਹ ਨਹੀਂ ਬਣਾਈ। ਬਾਈ ਬਾਲਾ ਸਿਆਣਾ ਤੁਹਾਡੇ ਸਾਰਿਆਂ ਦੇ ਵਿੱਚੋਂ। ਅੱਛਾ ਮੈਨੂੰ ਇੱਦਾਂ ਦੱਸਣੇ ਬਾਈ ਨੂੰ, ਅੱਛਾ ਮੈਨੂੰ ਇੱਦਾਂ ਸਾਰੇ ਇਕੱਠੇ ਹੋਏ ਮੈਨੂੰ ਇੱਦਾਂ ਦੱਸੋ, ਹੁਣ ਤੁਹਾਡੇ 'ਚ ਇੰਟੈਲੀਜੈਂਟ ਕੌਣ ਆ ਸਭ ਤੋਂ ਵੱਧ? ਸਾਰੇ ਦੇਖ ਆਪਦੀ ਆਪਦੀ ਜਗ੍ਹਾ ਸਰ, ਨਾ ਨਾ ਸਾਰੇ ਯਾਰ, ਸਾਰੇ ਡਾਕਟਰ ਰੱਖਿਆ ਸੀ, ਡਾਕਟਰ ਵਹਿਮਾਂ ਦਾ ਵੀ ਹੈ ਤੇ ਪੜ੍ਹਾਈ ਦਾ ਵੀ ਹੈ ਬਾਈ, ਬੜਾ ਪੜ੍ਹਿਆ ਲਿਖਿਆ। ਸਾਰੇ ਆਪਦੀ ਆਪਦੀ ਜਗ੍ਹਾ ਤੇ ਇੰਟੈਲੀਜੈਂਟ। ਫਿਰ ਡਾਕਟਰ ਸਾਹਿਬ ਤੁਹਾਡੇ ਵਾਸਤੇ ਇੱਕ ਟੰਗ ਟਵਿਸਟਰ ਆ, ਤੁਸੀਂ ਉਹਨੂੰ 5 ਵਾਰੀ ਬੋਲੋ ਨਾ ਜਿੱਦਾਂ ਮੈਂ ਬੋਲੂੰਗਾ, ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ 5 ਵਾਰੀ ਬੋਲਣਾ। ਖੜੇ ਪਹਿਲਾਂ ਟਰਾਈ ਕਰਕੇ ਦੇਖਦਾ, ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ, ਠੀਕ ਆ। ਤੇਜ਼ ਤੇਜ਼ ਬੋਲਣਾ ਹੈ, ਤੇਜ਼ ਤੇਜ਼ ਬੋਲਣਾ, ਫਿਰ ਤੈਨੂੰ ਸੁਣਨਾ ਹੀ ਨਹੀਂ ਮੈਂ ਬੋਲਿਆ ਕੀ ਆ। ਮੈਂ ਬੋਲੂੰਗਾ ਆਪੇ, ਚਲੋ ਚਲੋ ਚੱਲ। ਅੱਛਾ
ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ ਬਬਲ ਗਮ ਡਬਲ ਬਬਲ ਗਮ ਡਬਲ ਬਬਲ ਗਮ ਬਬਲ ਗਮ ਕੀ ਬਾਤ ਆ ਬਈ ਐਡਾ ਗਿਫਟ ਤੁਸੀਂ ਆਪੇ ਦੇ ਦਿਓ ਜੋ ਤੁਹਾਡਾ ਦਿਲ ਕਰਦਾ ਚਾਹ ਪਲਾ ਦਾਂਗੇ ਵੀਰੇ ਆ ਨਾਲ ਖੜੇ ਨੇ ਗਿਫਟ ਆ ਇਹ ਚਾਹ ਪਲਾ ਦਾਂਗੇ ਬਾਈ ਅਰੇ ਆ ਨਾਲ ਖੜੇ ਨੇ ਗਿਫਟ ਆ ਬਾਈ ਇਹ ਯਾਰਾਂ ਦੋਸਤਾਂ ਦਾ ਬਈ ਸਾਰਾ ਕਿੰਨਾ ਕੁ ਹੁੰਦਾ ਯਾਰ ਤੁਸੀਂ ਪਹਿਲਾਂ ਮੈਨੂੰ ਸਾਰਿਆਂ ਤੋਂ ਪੁੱਛਦਾ ਬਾਈ ਜੀ ਯਾਰਾਂ ਦੋਸਤਾਂ ਕਰਕੇ ਇੱਥੇ ਆਉਨੇ ਅਸੀਂ ਘਰ ਛੱਡ ਕੇ ਪਿੰਡ ਛੱਡ ਕੇ ਜੀ ਨਹੀਂ ਕਰਦਾ ਉਹਨੂੰ ਡੇਲੀ ਪਰ ਯਾਰਾਂ ਦੋਸਤਾਂ ਨਾਲ ਜੋ ਬਹਿ ਜਾਂਦੇ ਇਕੱਠੇ ਹੋ ਕੇ ਜੀ ਬੜਾ ਲੱਗਦਾ ਆ ਬੰਦਾ ਯਾਰੀ ਦੋਸਤੀ ਚ ਬਹੁਤ ਖਰਾ ਆ ਇਹਨੂੰ ਫੋਨ ਕਰ ਲਓ ਅੱਜ ਮਨਾਇਆ ਵੀ ਜਾਏਗਾ ਨਾ ਹਾਂ ਨਹੀਂ ਨਹੀਂ ਦੇਖ ਆਪਾਂ ਵੀਰੇ ਮੁੱਕਰਦੇ ਨਹੀਂ ਹੈਗੇ ਇਹਨੂੰ ਫੋਨ ਕਰ ਲਓ ਵੀ ਤੁਹਾਡੀ ਆਪਾਂ ਰਾਜਪੁਰੇ ਜਾਣਾ ਚੰਡੀਗੜ੍ਹ ਜਾਣਾ ਇਹਨੇ ਪੁੱਛਣਾ ਨਹੀਂ ਵੀ ਕਿਉਂ ਜਾਣਾ ਕਿਵੇਂ ਜਾਣਾ ਇਹਨੇ ਕਹਿਣਾ ਠੀਕ ਆ ਚੱਲਦਾ ਇਹਨੂੰ ਜਾਂ ਘਰੋਂ ਚੱਕ ਲੈਣਾ ਜਾਂ ਉਹ ਵੀਰੇ ਸਕੂਟਰੀ ਖੜਾ ਦੇ ਇੱਥੋਂ ਲੈ ਜਾਂਦੇ ਆ ਇਹ ਯਾਰੀ 'ਚ ਪੂਰਾ ਖਰਾ ਆ ਬੰਦਾ ਮਤਲਬ ਮੇਰੀ ਉਦਣ ਇਹ ਗਲਤੀ ਹੋ ਗਈ ਵੀ ਇਹਨੇ ਮੈਨੂੰ ਫੋਨ ਨਹੀਂ ਕਰਿਆ ਅਤੇ ਮੈਂ ਬੰਦਾ ਦਿਹਾੜੀ 'ਤੇ ਰੱਖਿਆ ਨਹੀਂ ਕਿਉਂਕਿ ਮੈਂ ਤਾਂ ਨਹੀਂ ਰੱਖਿਆ ਮੇਰੇ ਕੋਲ ਦੋ ਨੌਕਰ ਰੱਖੇ ਹੋਏ ਨੇ ਉਹ ਨਾਲ ਲੱਗੇ ਹੋਏ ਸੀ ਨਾਲ ਮੈਂ ਲੱਗਿਆ ਹੋਇਆ ਸੀ ਹੁਣ ਉਹ ਨੌਕਰ ਬਈ ਯਾਰ ਫਿਰ ਐਵੇਂ ਆ ਹੁਣ ਦੇਖ ਚੱਲ ਠੀਕ ਆ ਉਹ ਵੀ ਗਰੀਬ ਬੰਦੇ ਆ ਨੌਕਰ ਵੀ ਕਦੇ ਗੁੱਸਾ ਵੀ ਉੱਥੇ ਹੁੰਦਾ ਜਿੱਥੇ ਪਿਆਰ ਹੁੰਦਾ ਇਹ ਤਾਂ 2 ਮਿੰਟ ਦਾ ਗੁੱਸਾ ਬਸ ਸ਼ਾਂਤ ਦਿਲ ਦੀ ਗੱਲ ਇਹ ਕਹਿ ਦਿੰਦਾ ਹੁਣ ਦੇਖ ਇਹ ਜੇ ਮੈਨੂੰ ਨਾ ਕਹਿੰਦਾ ਵੀ ਡਾਕਟਰ ਤੂੰ ਆਇਆ ਨਹੀਂ ਹੈ ਨਾ ਉਦਣ ਤੂੰ ਮੈਨੂੰ ਜਵਾਬ ਦੇ ਗਿਆ ਇਹ ਮਨ 'ਚ ਭਰ ਕੇ ਰੱਖਦਾ ਗੱਲ ਹੈ ਨਾ ਉਹ ਦਿਲ 'ਚ ਦੱਬ ਲੈਂਦੀ ਕਿਤੇ ਨਾ ਕਿਤੇ ਗੱਲ ਬੰਦੇ ਦੇ ਦਿਮਾਗ 'ਚ ਰਹਿ ਜਾਂਦੀ ਆ ਉਹ ਹੁਣ ਇਹਨੇ ਖੋਲ ਲਈ ਮੇਰੇ ਕੋਲ ਗੱਲ ਹੁਣ ਉਹ ਇਹ ਗੱਲ ਮੈਮਰੀ ਇਹਦੀ ਨਿਕਲ ਜੂਗੀ ਹੁਣ ਇਹ ਜਦੋਂ ਵੀ ਮੈਨੂੰ ਅੱਗੇ ਫੋਨ ਕਰੂਗਾ ਚਾਹੇ ਮੈਂ ਕੰਮ ਛੱਡ ਕੇ ਆਵਾਂ ਪਰ ਹੁਣ ਆਊਂਗਾ ਉਹ ਮਤਲਬ ਜਿਹੜਾ ਵੀਰੇ ਜ਼ਰੂਰ ਆਊਂਗਾ ਤੇਰੇ ਮੂਹਰੇ ਖੜਾ ਇਹ ਮੈਂ ਮਾਤਾ ਭੈਣ ਅਸੀਂ ਬਹੁਤ ਥਾਂ ਤੇ ਗਏ ਹਾਂ ਵਿਆਹਾਂ ਤੇ ਵੀ ਅਸੀਂ ਇਕੱਠੇ ਗਏ ਹਾਂ ਅਸੀਂ ਹੋਰ ਮੱਥਾ ਟੇਕਣ ਵੀ ਕਈ ਥਾਂ ਇਕੱਠੇ ਗਏ ਹਾਂ ਇਹ ਨਹੀਂ ਇਹ ਵੀ ਗਿਆ ਨਹੀਂ ਕਦੇ ਆਹ ਇੱਕੋ ਵਾਰੀ ਜਵਾਬ ਇੱਕੋ ਵਾਰੀ ਜਵਾਬ ਹੋਇਆ ਫਿਰ ਸੱਚ ਖਾਣੂ ਫਿਰ ਗੱਡੀ ਦੀ ਗੱਲ ਹੋਈ ਮੇਰੇ ਕੋਲ 2 ਗੱਡੀਆਂ ਨੇ ਇੱਕ ਆਹ ਖੜੀ ਆ ਫੋਰਜਨਰ ਇਹ ਬਾਈ ਲਾਈ ਹੋਈ ਸੀ ਇਹ ਲਾਈ ਹੋਈ ਸੀ ਸਰਵਿਸ ਤੇ ਠੀਕ ਆ ਦੂਜੀ ਗੱਡੀ ਵੱਡਾ ਬਾਈ ਲੈ ਕੇ ਗਿਆ ਹੋਇਆ ਸੀ ਜਿਹੜੀ XUV ਆ ਠੀਕ ਆ ਤੇ ਇਹ ਕਹਿੰਦਾ ਮੈਨੂੰ ਫਿਰ ਜਾਂ ਗੱਡੀ ਦੇ ਦੇ ਮੈਂ ਕਿਹਾ ਹੁਣ ਗੱਡੀ ਵੀ ਮੈਂ ਕਿਵੇਂ ਦੇ ਦਾਂ ਮੇਰੇ ਕੋਲ ਕੋਈ ਗੱਡੀ ਨਹੀਂ ਖੜੀ ਕਰੇ ਜਾਂ ਤਾਂ ਜੇ ਹੁਣ ਇਹ ਲੈ ਕੇ ਗਿਆ ਹੁੰਦਾ ਬਾਈ ਵੱਡੀ ਗੱਡੀ ਫਿਰ ਮੈਂ ਇਹਨੂੰ ਉਹ ਫੜਾ ਦਿੰਦਾ ਜਾਂ ਉਹ ਲੈ ਕੇ ਗਿਆ ਹੁੰਦਾ ਇਹ ਖੜੀ ਹੁੰਦੀ ਇਹ ਲੈ ਜਾਂਦਾ ਹੁਣ ਗੱਲ ਉਹ ਹੋ ਗਈ ਗੱਡੀ ਕਣੀ ਵੀ ਜਵਾਬ ਹੋ ਗਿਆ ਜਵਾਬ ਤੇ ਜਵਾਬ ਹੋ ਗਿਆ ਹੁਣ ਤੁਸੀਂ ਐ ਦੱਸੋ ਆਪਾਂ ਇਹਨਾਂ ਨੂੰ ਕੀ ਜੁਰਮਾਨਾ ਲਾਈਏ ਜੁਰਮਾਨਾ ਕੋਈ ਨਹੀਂ ਭਾਈ ਜੁਰਮਾਨਾ ਯਾਰੀ 'ਚ ਥੋੜੀ ਪੈਂਦਾ ਹੁੰਦਾ ਬਿਲਕੁਲ ਮੈਟਰ ਨਹੀਂ ਕਰਦੀਆਂ ਆ ਦੇਖ ਆਹ ਮੇਰੀ ਮਾਸੀ ਦਾ ਮੁੰਡਾ ਇਹ 15-16 ਸਾਲ ਦਾ ਇਹ ਮੇਰੇ ਜਮੀ ਫਰੈਂਡਾਂ ਵਰਗਾ ਸਾਰੀਆਂ ਗੱਲਾਂ ਸ਼ੇਅਰ ਕਰਦੇ ਆਸੀਂ ਆਹ ਸਾਡੇ ਤੋਂ ਜਮੀ ਸੀਨੀਅਰ ਬੰਦਾ ਖੜਾ ਠੀਕ ਆ ਫਿਰ ਸਾਜਨ ਬਾਈ ਆ ਆਹ ਬਾਈ ਆ ਵੱਡਾ ਬਾਈ ਅਸੀਂ ਸਾਡਾ ਸਾਰਿਆਂ ਦਾ ਏਜ ਗੈਪ ਆ ਕਾਫੀ ਆਹ ਬੱਚੀ ਆ ਇਹਦਾ ਵਿਚਾਰ ਦਾ ਐਕਸੀਡੈਂਟ ਹੋ ਗਿਆ ਚੱਲ ਨਹੀਂ ਇਹ ਵੀ ਸੀਨੀਅਰ ਆ ਟ੍ਰਾਂਸਫਾਰਮ ਚ ਮਾਰ ਲਿਆ ਨੇ ਮੋਟਰਸਾਈਕਲ ਕੀ ਹੋ ਗਿਆ ਸੀ ਬਾਈ
ਨਹੀਂ ਨਹੀਂ ਉਹ ਤਾਂ ਵੈਸੇ ਹੀ ਟ੍ਰਾਂਸਫਾਰਮ ਚ ਪੁੱਜਿਆ ਸੀਗਾ ਨਾਲੇ ਤੇ ਕੁੜੀ ਦੀ ਗੱਲ ਨਹੀਂ ਨਹੀਂ ਇਹ ਅੱਖਾਂ ਕਿਤੇ ਹੋਰ ਲੜ ਗਿਆ ਹੋਣੀਆਂ ਨੇ ਨਾ ਟ੍ਰੈਜੇਡੀ ਦੇਖੋ ਤੁਸੀਂ ਬਾਈ ਨੇ ਟ੍ਰਾਂਸਫਾਰਮਰ ਵੀ ਫੋੜਤਾ ਕੁੜੀ ਨੇ ਸੌਰੀ ਵੀ ਨਹੀਂ ਕਿਹਾ ਬਾਈ ਨੂੰ ਬਾਈ ਨਾ ਬੜੀ ਮਾੜੀ ਮੁੜਨਾ ਕੁੜੀ ਨੇ ਸੱਜੇ ਸੀ ਇੰਡੀਕੇਟਰ ਖੱਬੇ ਦਾ ਲਾਇਆ ਹੋਇਆ ਸੀ ਬਹੁਤ ਪਿਆਰ ਹੋ ਗਏ ਪਹਿਲਾਂ ਰੋਜ਼ ਪਿਆਰ ਹੁੰਦਾ ਬਾਈ ਨੂੰ ਪਹਿਲਾਂ ਰੋਜ਼ ਕਿਸੇ ਕੁੜੀ ਨੂੰ ਸਕੂਟੀ ਤੇ ਜਾਂਦੇ ਉਰੇ ਆ ਕੇ ਨਾ ਇਹ ਕਹਿ ਦਿੰਦਾ ਬਾਈ ਤੇਰੀ ਭਰਜਾਈ ਮਿਲ ਗਈ ਸਾਨੂੰ ਕਿ ਗੱਲ ਕਰਾ ਦੇ। ਅੱਛਾ ਇੱਕ ਗੱਲ ਸਭ ਤੋਂ ਪੱਕੀ ਇਹਦੀ, ਕੋਈ ਵੀ ਕੁੜੀ ਲੰਘ ਰਹੀ ਹੋਵੇ ਬਾਕੀ ਜੇ ਕੋਈ ਹੋਰ ਮੁੰਡੇ ਕਹਿੰਦੇ ਬਾਈ ਕੁੜੀ ਜਾਂਦੀ ਹੈ, ਇਹ ਕਹਿੰਦਾ ਮੈਨੂੰ ਦੇਖ ਰਹੀ ਹੈ, ਹੋਰ ਕਿਸੇ ਨੂੰ ਨਹੀਂ ਦੇਖਦੀ ਬਾਈ ਨੂੰ ਦੇਖ। ਬਾਈ ਬੋਡੀ ਬਿਲਡਰ ਮੁੰਡਾ ਬਾਈ, ਐਪਸ ਦਿਖਾਊਗਾ ਵੀਰੇ ਅੱਜ ਲੋ ਬਾਈ। ਸੱਚੀ ਗੱਲ ਆ ਮੈਂ ਵੀ ਇਹ ਗੱਲ ਕਹਿੰਦਾ, ਕਈ ਜਗ੍ਹਾ ਤੇ ਮੈਂ ਜਾਂਦਾ ਨਾ ਉਦੋਂ ਬੋਲਦੇ ਨੇ ਵੀ ਪੰਜਾਬ ਦੀ ਨੌਜਵਾਨੀ ਜਿਹੜੀ ਖਤਮ ਹੁੰਦੀ ਜਾਂਦੀ ਆ, ਤੇ ਜਿਮ ਵਾਲੇ ਬੰਦੇ ਜਾਂ ਤੁਹਾਡੇ ਵਰਗੇ ਮਿਲਦੇ ਨੇ ਉਦੋਂ ਵਧੀਆ ਲੱਗਦਾ। ਐਪਸ ਦਿਖਾਓ ਬਾਈ, ਤੁਸੀਂ ਐਪਸ ਦਿਖਾ ਦਿਓ ਚੰਨੀ ਚੰਨੀ। ਕਹਿੰਦੇ ਨੇ ਪੰਜਾਬ ਦੀ ਜਵਾਨੀ ਆ ਮਿਹਨਤ ਬੋਲਦੀ ਵੀਰੇ, 8 ਸਾਲ ਗਾਲੇ ਨੇ ਜਿਮ ਚ। ਅੱਛਾ ਜੀ, 8 ਸਾਲ ਤੋਂ ਕੰਟੀਨਿਊ ਜਿਮ ਲਾ ਰਿਹਾ ਹੈ ਵੀਰੇ ਬਾਈ। ਤੁਹਾਡਾ ਭੇਦ ਖੋਲਤਾ ਹੁਣ ਤੁਸੀਂ ਇਹਨਾਂ ਨੂੰ ਦੱਸੋ, ਜਦੋਂ ਇਹਨਾਂ ਦਾ ਵਿਆਹ ਹੋਇਆ ਸੀਗਾ ਕਿੰਨੀ ਕੁ ਚਾਹ ਜਾਂ ਖੁਸ਼ੀ ਸੀਗੀ ਇਹਨਾਂ ਨੂੰ? ਚਾਹ ਤਾਂ ਬਥੇਰਾ ਸੀ, ਹੁਣ ਚਾਹ ਮਰਦਾ ਜਾ ਰਿਹਾ ਦਾ। ਬਾਈ ਨਾਲ ਹੋ ਗਿਆ ਧੱਕਾ। ਉਹ ਨਿੱਕੇ ਜੈਲਦਾਰ ਡਾਇਲੋਗ ਨੀ ਗਾ, ਇਹ ਤਾਂ ਚੀਜੀ ਲੈਣ ਗਿਆ ਸੀ ਵਿਚਾਰਾ, ਇਹਦਾ ਵਿਆਹ ਹੋ ਗਿਆ ਵੀਰੇ। 17-18 ਸਾਲ ਦਾ ਸੀ ਬਾਈ ਦਾ ਵਿਆਹ ਹੋ ਗਿਆ, ਬਾਈ ਹੁਣ 34 ਸਾਲ ਦਾ, ਬਾਈ ਦੀ ਗੁੜੀਆ 13 ਸਾਲ ਦੀ ਹੈ, ਬੇਟਾ 8 ਸਾਲ ਦਾ, ਤੇ ਆਪ ਵੀ ਜਵਾਕ ਹੈ ਬਾਈ ਹਲੇ ਤੱਕ, ਸਕੂਟੀ ਤੇ ਜਾਂਦੀ ਦੇਖ ਵੀ ਲੈਂਦਾ। ਉਹ ਚਲੋ ਕਹਿੰਦੇ ਹੁੰਦੇ ਨੇ ਵਿਆਹ ਤੋਂ ਬਾਅਦ ਬੰਦਾ ਜ਼ਿਆਦਾ ਪਿਆਰ ਕਰਨ ਲੱਗ ਜਾਂਦਾ ਵਧੀਆ, ਤਾਂ ਹੀ ਇੱਥੋਂ ਟਾਈਮ ਨਾਲ ਚੱਲ ਜਾਂਦਾ। ਜੇ ਇਹ ਪਿਆਰ ਨਾ ਕਰਦਾ ਹੋਵੇ ਫਿਰ ਤਾਂ ਉਹਦੀ ਗੱਲ ਹੀ ਨਾ ਮੰਨੂਗਾ ਇਹ, ਫਿਰ ਤਾਂ ਇਹ ਵੀ 9 ਵਜੇ ਮੱਝ ਜਾਊਗਾ ਸਾਡੇ ਛੜਿਆਂ ਵਾਂਗੂ, ਹਨਾ। ਪਰ ਇਹ ਉਰੋਂ ਟਾਈਮ ਨਾਲ ਚੱਲ ਜਾਂਦਾ ਕਿਉਂਕਿ ਇਹਨੂੰ ਪਤਾ ਵੀ ਉਹਨੇ ਕਿਹਾ ਹੋਇਆ ਪਹੁੰਚ ਜਾ, ਠੀਕ ਹੈ। ਵਿਆਹ ਤੋਂ ਬਾਅਦ ਜਿਹੜਾ ਇੱਕ ਵਾਰੀ ਬੰਦਾ ਸਾਜਰੇ ਚੱਲ ਗਿਆ ਨਾ ਘਰੇ, ਮੁੜ ਕੇ ਨਹੀਂ ਫਿਰ ਉਹ ਬੰਦਾ ਜਾਲ 'ਚ ਫਸ ਗਿਆ ਤਾਂ ਸਮਝ, ਫਿਰ ਤਾਂ ਉਹਨੂੰ ਘਰ ਕਹੂਗੀ ਸਾਜਰੇ ਆ। ਬਾਈ ਕਹਿੰਦਾ ਤੁਹਾਡੇ ਚੈਨਲ ਦੀ ਰੀਚ ਬਹੁਤ ਵਧੀਆ, ਬਹੁਤ ਲੋਕ ਦੇਸ਼ਾਂ 'ਚ ਵਿਦੇਸ਼ਾਂ 'ਚ ਦੇਖਦੇ ਨੇ ਬਾਈ ਜੀ, ਇੱਕ ਸਾਡੇ 'ਚੋਂ ਸਭ ਤੋਂ ਸੀਨੀਅਰ ਪਲੇਅਰ ਨੇ, ਪਰ ਉਹਨਾਂ ਦਾ ਵਿਆਹ ਨਹੀਂ ਹੋਇਆ ਹਾਲੇ ਤੱਕ, ਆਹ ਪਿੱਛੇ ਖੜੇ ਨੇ, ਇਹਨਾਂ ਵਾਸਤੇ ਕੁੜੀ ਲੱਭ ਦਿਓ ਤੁਹਾਡੇ ਚੈਨਲ ਦੇ ਮੀਡੀਅਮ 'ਤੇ ਬਾਈ। ਮੈਂ ਨਾ ਇਸ ਗੱਲ 'ਤੇ ਆਪਣੇ ਵੱਲੋਂ ਬੋਲਦਾ ਜੀ, ਆਹ ਰਿਸ਼ਤਾ ਇੱਕ ਪਹਿਲਾਂ ਵੀ ਅਸੀਂ ਕਰਾਤਾ ਸਾਡੇ ਚੈਨਲ ਆਊਟਰੂਟ ਗੇੜੀ ਦੇ ਵਿੱਚ, ਛਾਪ ਪਵਾਵਾਂਗੇ ਤੁਹਾਨੂੰ, ਛਾਪ ਕੜਾ ਦੋਏ ਹੋ, ਛਾਪ ਕੜਾ ਰਹਿਣ ਦਿਓ, ਤੁਸੀਂ ਸਾਡੇ ਚੈਨਲ ਦੇ ਜਿਹੜੇ ਸ਼ੋਅਜ਼ ਹੁੰਦੇ ਨੇ ਉਹਨਾਂ ਨੂੰ ਪ੍ਰਮੋਟ ਕਰਦੇ ਆ, ਸ਼ੇਅਰ ਕਰ ਦਿਓ। ਇੱਕ ਹੋਰ ਗੱਲ, ਪੰਜਾਬੀ ਲੋਕ ਭੁੱਲਦੇ ਜਾਂਦੇ ਨੇ, ਪੰਜਾਬੀ ਜਿਹੜੇ ਨਾਂ ਰੱਖੇ ਯਾਦ ਤੇ ਉਹ ਵਧੀਆ ਗੱਲ ਨਹੀਂ, ਤੁਸੀਂ ਸਾਰਿਆਂ ਨੇ ਪੰਜਾਬੀ ਵੀ ਯਾਦ ਰੱਖਣੀ ਹੈ, ਊੜਾ ਆੜਾ ਸਾਰਿਆਂ ਨੇ ਸਿੱਖਣਾ ਤੇ ਪੱਕਾ। ਹੁਣ ਬਾਈ ਦੇ ਵਿਆਹ ਦੇ ਵਾਸਤੇ ਆਪਾਂ ਕੁਆਲਿਟੀਸ ਦੱਸ ਦਿੰਦੇ ਹਾਂ, ਜੇ ਕੋਈ ਮਿਲੀ ਸੁਕੰਨਿਆ ਤੇ ਆਪਾਂ ਜ਼ਰੂਰ ਕਰਾਂਗੇ ਉਹਨਾਂ ਦੇ ਵਿਆਹ। ਹਾਂਜੀ ਬਾਈ, ਕੁਆਲਿਟੀਸ ਕੀ ਭਾਲਦੇ ਹੋ ਤੁਸੀਂ ਆਪਦੀ ਹੁਣ ਵਾਲੀ ਫਿਊਚਰ ਵਾਈਫ ਦੇ ਵਿੱਚ? ਪਹਿਲਾਂ ਤਾਂ ਭਾਈ ਜਿੱਥੇ ਕੰਮ ਕਰੀਦਾ ਉਹਦਾ ਕੰਪਨੀ ਦਾ ਨਾਂ ਹੀ ਕੁਆਲਿਟੀ ਐਂਟਰਪ੍ਰਾਈਜ਼ ਹੈ। ਆ ਜੱਗੋ ਆ ਗੱਲ ਕੁਆਲਿਟੀਆਂ ਦੇ ਕੇ, ਹਾਂ ਉਹਦੇ ਕੁਆਲਿਟੀ ਦੇ ਐਕਸਪੀਰੀਅੰਸ ਵੀ ਬੋਲਦਾ ਨਾ, ਤੇ ਕੁਆਲਿਟੀਆਂ ਬਸ। ਕਟਰੀਨਾ ਕੈਫ ਚਾਹੀਦੀ, ਕਰੀਨਾ ਕਪੂਰ ਚਾਹੀਦੀ, ਕਿੱਦਾਂ ਦੀ? ਫਿਰ ਇਹ ਰੋਟੀ ਤਾਰਿਆ ਕਰੂਗਾ ਜੇ ਕਟਰੀਨਾ ਕੈਫ ਆ ਗਈ। ਔਰ ਇਹੀ ਜੀ ਚਾਹੀਦੀ ਹੈ ਜਿਹੜੀ ਇਹਨੂੰ ਪਕਾ ਕੇ ਦੇਵੇ। ਹੁਣ ਉਹਦਾ ਦੇਖ ਲਿਓ, ਇੱਕ ਦਿਨ ਕਿਹਾ ਸੀਗਾ ਵੀ ਸਬਜ਼ੀ 'ਚ ਨੂਣ ਮਿਰਚ ਘੱਟ ਹੈ,
ਪੂਰਾ ਇੱਕ ਹਫ਼ਤਾ ਰੋਟੀ ਬਣਾਈ ਰਸੋਈ 'ਚ। ਮੈਂ ਇਹ ਗੱਲ ਦੇ ਰਿਲੇਟਡ ਗੱਲ ਦੱਸਦਾ, ਜਿੱਦਾਂ ਸਾਰੇ ਆਪਾਂ ਤਾਂ ਚਲੋ ਰੋਟੀ ਆ ਮੰਮੀ ਦੇ ਹੱਥ ਦੀ ਖਾਧੀ ਆ, ਅਤੇ ਆਪਾਂ ਗਾਣਾ ਗਾਉਂਦੇ ਹਾਂ ਸ਼ਹਿਰੀ ਮਨ ਬਾਈ ਦਾ ਆਟਾ ਗੁੰਨਦੇ ਨੂੰ ਯਾਦ ਆਉਂਦੀ ਨਹੀਂ ਬੇਬੇ ਤੇਰੀ ਆਟੇ ਦੀ ਚਿੜੀ, ਅਤੇ ਬਾਈ ਦੇ ਜਵਾਕ ਇਹ ਕਰਨਗੇ ਆਟਾ ਗੁੰਨਦੇ ਨੂੰ ਯਾਦ ਆਉਂਦੀ ਬਾਪੂ ਤੇਰੀ ਆਟੇ ਦੀ ਚਿੜੀ। ਨਹੀਂ ਸਹੀ ਗੱਲ ਹੈ ਵੀਰੇ, ਨਹੀਂ ਵੀਰੇ ਪਰ ਬਾਈ ਦਾ ਰਿਲੇਸ਼ਨ, ਬਾਈ ਦਾ ਪਿਆਰ ਵੀ ਬਹੁਤ ਹੈ ਭਰਜਾਈ ਨਾਲ। ਚਲੋ ਮਾੜਾ ਮੋਟਾ ਦੇਖੋ ਘਰ ਦੇ ਕੰਮ ਵੰਡ ਕੇ ਕਰਨੇ ਚਾਹੀਦੇ ਨੇ, ਆਪਾਂ 21ਵੀਂ ਸਦੀ 'ਚ ਰਹਿ ਰਹੇ ਹਾਂ ਹੈ ਨਾ। ਤੁਹਾਡਾ ਦੱਸੋ, ਤੁਹਾਡਾ ਮੈਰਿਡ ਹੋਈ ਹੈ ਵੀਰੇ? ਆਹ ਦੇਖੋ ਮੈਂ ਸ਼ਾਮ ਪਾਈ ਹੋਈ ਹੈ, ਮੇਰਾ ਬਾਈ ਬ੍ਰਦਰ ਇਨ ਲਾਅ ਹੈ ਵੀਰੇ, ਤਾਂ ਹੀ ਮੈਨੂੰ ਰਿਸ਼ਤੇ ਦੀ ਫਿਕਰ ਹੈ। ਮੈਂ ਸੌਰੀ ਬਾਈ, ਉਹ ਸਹੇਲੀ ਵਾਲੀ ਗੱਲ ਐਵੇਂ ਹੀ ਸੀਗੀ, ਮੈਂ ਭਾਬੀ ਬਾਰੇ ਪੁੱਛ ਰਿਹਾ ਸੀਗਾ, ਭੈਣ ਬਾਰੇ ਪੁੱਛ ਰਿਹਾ ਸੀਗਾ ਮੈਂ। ਬਾਈ ਜਿੱਦਾਂ ਬਾਈ ਨੇ ਜਿੰਮ ਕਰੀ ਬਹੁਤ ਵਧੀਆ ਨੇ, ਜਿੰਮ ਨੂੰ ਇੰਸਪਾਇਰ ਕਰ ਰਹੇ ਨੇ ਨੌਜਵਾਨਾਂ ਦੇ ਵਿੱਚ। ਨੌਜਵਾਨੀ ਜਿਹੜੀ ਅੱਜ ਕੱਲ੍ਹ ਦੀ, ਜਿੱਦਾਂ ਮੈਂ ਦੱਸਿਆ, ਪੰਜਾਬੀ ਵੀ ਭੁੱਲਦੀ ਜਾ ਰਹੀ ਆ, ਪੰਜਾਬ ਨੂੰ ਵੀ ਭੁੱਲਦੇ ਜਾ ਰਹੇ ਨੇ, ਥੋੜ੍ਹਾ ਜਿਹਾ ਕਹਿ ਰਹੇ ਨੇ ਨਸ਼ਿਆਂ ਵੱਲ ਵੀ ਹੈਗੇ ਨੇ। ਤੁਸੀਂ ਇਸ ਨੂੰ ਲੈ ਕੇ ਜੇ ਕੁਝ ਆਪਣੇ ਪਿੰਡ ਦੇ ਵਿੱਚ ਕਰ ਰਹੇ ਹੋ ਜਾਂ ਕੁਝ ਆਪਣੇ ਯਾਰਾਂ ਦੋਸਤਾਂ ਨੂੰ ਕੁਝ ਕਹਿੰਦੇ ਹੁੰਦੇ ਵੀ ਇਸ ਚੀਜ਼ ਨੂੰ ਛੱਡੋ ਇੱਧਰ ਵੱਲ ਅੱਗੇ ਵੱਲ? ਬਾਈ ਜੀ ਇੱਥੇ ਅਸੀਂ ਨਾ ਅਰਬਨ ਸਟੇਟ ਖੜੇ ਹਾਂ ਫੇਸ 2, ਅਸੀਂ ਮੁੰਡੇ ਦੇਖਦੇ ਹਾਂ 18-18 ਸਾਲ ਦੇ, ਮਤਲਬ ਜਦੋਂ ਅਸੀਂ ਉਹ ਏਜ 'ਚ ਸੀ ਸਾਨੂੰ ਖੇਡਣ ਤੋਂ ਇਲਾਵਾ ਹੋਰ ਕੰਮ ਨਹੀਂ ਸੀ ਕੋਈ, ਅਸੀਂ ਗਰਾਊਂਡ ਜਾਣਾ, ਘਰਦਿਆਂ ਨੇ ਕੰਨ ਫੜ ਕੇ ਲਿਆਉਣਾ ਕਿ ਪੜ੍ਹ ਲਓ। ਪਰ ਹੁਣ ਜਨਰੇਸ਼ਨ ਅਸੀਂ ਦੇਖ ਰਹੇ ਹਾਂ 18 ਸਾਲ ਦੇ ਮੁੰਡੇ ਕੁੜੀਆਂ ਕਿਤੇ ਸਾਈਡ 'ਤੇ ਖੜ ਕੇ ਸਿਗਰਟ ਪੀ ਰਹੇ ਨੇ, ਕੋਈ ਹੋਰ ਨਸ਼ੇ ਕਰ ਰਹੇ ਨੇ, ਬੀਅਰ ਵਗੈਰਾ ਪੀ ਰਹੇ ਹੁੰਦੇ ਨੇ। ਜਿਹੜੇ ਸਾਡੇ ਸਰਕਲ 'ਚ ਨੇ ਅਸੀਂ ਉਹਨਾਂ ਨੂੰ ਖੇਲ ਵੱਲ ਲਾਉਂਦੇ, ਹੁਣ ਅਸੀਂ ਸ਼ਾਮ ਨੂੰ 11-11 ਬੰਦਿਆਂ ਦੀ ਦੋ ਟੀਮਾਂ ਲੈ ਕੇ ਜਾਂਦੇ ਹਾਂ। ਆਹ ਦੇਖੋ ਤੁਸੀਂ, ਮੈਂ ਸ਼ਾਰਟਸ ਪਾਏ ਹੋਏ, ਸ਼ਰਟ ਟੀ ਸ਼ਰਟ ਪਾਈ ਹੋਈ, ਅਸੀਂ ਸਾਰੇ ਜਣੇ ਗਰੁੱਪ ਬਣਾ ਕੇ, ਆਹ ਵੀ ਛੋਟਾ ਭਰਾ ਆਪਣਾ, ਅਸੀਂ ਸਾਰੇ ਕ੍ਰਿਕਟ ਖੇਡ ਕੇ ਆਏ ਹਾਂ। ਬਾਈ ਦੀ ਲੱਤ ਦੇ ਸੱਟ ਵੀ ਲੱਗੀ, ਬਾਈ ਦੀ ਡੈਡੀਕੇਸ਼ਨ ਦੇਖੋ। ਮੈਂ ਇਹ ਟੋਪਿਕ 'ਤੇ ਮੈਂ ਬੋਲਦਾ, ਜਿਹੜੀ ਇਹ ਬਾਈ ਹੁਣ 18-19-2000 ਸਾਲ ਤੋਂ ਬਾਅਦ ਵਾਲੀ ਜਨਰੇਸ਼ਨ ਆ, ਇਹਨੂੰ ਜਨਰੇਸ਼ਨ ਜੈੱਡ ਕਹਿੰਦੇ ਆ, ਹੈ ਨਾ, ਜਨਰੇਸ਼ਨ ਜੀ ਕਹਿ ਲਓ, ਜੈੱਡ ਕਹਿ ਲਓ, ਬਈ ਇਹਨਾਂ ਦਾ ਇੰਨਾ ਕੁ ਜ਼ਿਆਦਾ ਕੰਡੀਸ਼ਨ ਵਰਸ ਹੋ ਗਈ। ਹੁਣ ਜਿਵੇਂ ਅਸੀਂ ਇੱਥੇ ਬੈਠੇ ਹਾਂ, ਅਸੀਂ ਜਾਂ ਤਾਂ ਮੰਗਾ ਲਾਂਗੇ ਚਾਹ, ਜਾਂ ਕੋਈ ਇੱਥੋਂ ਫਰੂਟ ਸ਼ੇਕ ਮੰਗਾ ਲਿਆ, ਕੁਛ ਹੋਰ ਖਾ ਲਿਆ, ਇੱਧਰੋਂ ਚੂਰੀ ਬਣਾਉਂਦਾ ਚੂਰੀ ਖਾ ਲਈ, ਚੱਲ ਵੱਧ ਤੋਂ ਵੱਧ ਅਸੀਂ ਇੱਥੋਂ ਚਾਟ ਖਾ ਲੈਂਦੇ ਹਾਂ। ਉਹਨਾਂ ਨੇ ਬਈ ਪੀਣਾ ਕੋਕ, ਮੋਮੋਜ਼, ਆਹ ਇੱਦਾਂ ਦੀਆਂ ਚੀਜ਼ਾਂ ਖਾ ਕੇ ਉਹ ਆਪਦਾ ਆਪ ਕਰ ਰਹੇ ਨੇ ਖਰਾਬ, ਸਮਝ। ਜਦੋਂ ਆਪਾਂ ਉਹ ਏਜ ਦੇ ਵਿੱਚ ਸੀਗੇ ਬਈ, ਸਾਡੀ ਤਾਂ ਹੁਣ ਅੱਜ ਤੱਕ ਵੀ ਡਾਇਟ ਮੇਰਾ 1.5 ਲੀਟਰ ਦੁੱਧ ਡੇਲੀ ਦਾ ਅੱਜ ਵੀ, ਠੀਕ ਆ। ਹੁਣ ਉਹ ਦੁੱਧ ਪੀਂਦੇ ਹੀ ਨਹੀਂ, ਜਨਰੇਸ਼ਨ ਲੱਗ ਜਾਂਦੀਆਂ ਨੇ ਬਈ। ਹਾਂ ਹਾਂ, ਜਨਰੇਸ਼ਨ ਜੱਡ ਵਾਲੇ ਨੂੰ ਪਚਣਾ ਕਿੱਥੋਂ ਆ ਜਦ ਬਚਪਨ ਤੋਂ ਪੀਤੇ ਨਹੀਂ। ਬਈ ਇਹਦੇ ਵਿੱਚ ਗਲਤੀ ਦੇਖ, ਕਿਤੇ ਨਾ ਕਿਤੇ ਮਾਵਾਂ ਦੀ ਗਲਤੀ ਹੁੰਦੀ ਆ। ਦੇਖ ਪਿਓ ਨੇ ਬਈ ਘਰ ਚਲਾਉਣਾ ਹੁੰਦਾ, ਛੱਤ ਦੇਣੀ ਹੁੰਦੀ ਆ, ਸਾਂਭਣਾ ਹੁੰਦਾ, ਹੈ ਨਾ, ਬੱਚੇ ਨੂੰ ਸਾਰੀਆਂ ਮੈਨਰਜ਼ ਦੇਣੀਆਂ, ਉਹਨੂੰ ਹੋਰ ਸਮਝਾਉਣਾ, ਦੁਨੀਆਦਾਰੀ ਬਾਰੇ ਦੱਸਣਾ, ਉਹ ਸਾਰਾ ਹੁੰਦਾ ਮਾਂ ਦੇ ਹੱਥ 'ਚ, ਹੈ ਨਾ। ਚਲੋ ਚਾਹੇ ਮੰਮੀ ਕੰਮ ਵੀ ਕਰਦੀ ਹੋਵੇ, ਫਿਰ ਵੀ ਬੱਚੇ ਲਈ ਟਾਈਮ ਕੱਢ ਕੇ ਉਹਨੂੰ ਦੱਸਣਾ ਚਾਹੀਦਾ ਵੀ ਇਹ ਦੁਨੀਆਦਾਰੀ ਐਵੇਂ ਚੱਲਦੀ ਆ, ਆਹ ਡਾਇਟ ਨਾਲ ਸਰੀਰ ਸੈੱਟ ਰਹਿੰਦਾ, ਆਹ ਡਾਇਟ ਨਾਲ ਖਰਾਬ ਹੁੰਦਾ। ਅੱਜ ਕੱਲ੍ਹ ਦੀ ਜਨਰੇਸ਼ਨ ਜੈੱਡ ਬੱਚਿਆਂ ਨੂੰ ਨੌਲੇਜ ਹੀ ਨਹੀਂ ਹੈ, ਨਹੀਂ ਉਹਨਾਂ ਨੂੰ ਨੌਲੇਜ ਕਾਹਦੀ ਆ, ਹਿਸਟਰੀ ਪੁੱਛ ਲਓ, ਹੋਰ ਗੱਲਾਂ ਪੁੱਛ ਲਓ, ਇੰਸਟਾਗ੍ਰਾਮ ਚਲਾ ਲਿਆ, ਰੀਲਾਂ ਬਣਾ ਲਿਆ, ਬਸ ਬਸ ਸਨੈਪ। ਅੱਛਾ ਇੱਕ ਸਨੈਪ ਦੀ ਐਡੀ ਬਿਮਾਰੀ ਆ ਬਾਈ, 4-4 ਸ਼ੇਕ ਕਰਾ ਲੇ ਫੜ ਕੇ, ਇੱਧਰ ਲਿਆ ਵੀਰੇ ਸਨੈਪ ਪਾਉਣੀ ਆ। ਸਾਰੇ ਤੁਸੀਂ ਤੇ ਨਹੀਂ ਕਿਤੇ ਪਾਉਂਦੇ? ਨਾ ਬਾਈ, ਸਾਡੇ ਜੋ ਅਸੀਂ ਤਾਂ ਵੀਰੇ ਉਹ ਮੰਨਦੇ ਆ ਵੀ ਜਿਹੜਾ ਬੰਦਾ ਸਨੈਪ ਪਾਉਂਦਾ ਉਹ ਤਾੜੀ ਮਾਰ ਵਾਲਿਆਂ ਦੇ ਬਰਾਬਰ ਆ। ਸਾਡੇ ਸਹੀ ਗੱਲ ਆ ਬਾਈ, ਮਜ਼ਾਕ ਨਹੀਂ, ਮਜ਼ਾਕ ਨਹੀਂ। ਸਨੈਪ ਯਾਰ ਕੀ ਸਨੈਪ, ਉਹ ਇੱਕ ਸ਼ੋਅ ਆਫ ਆ। ਤੁਸੀਂ ਲਾਈਫ ਹਮੇਸ਼ਾ ਪ੍ਰਾਈਵੇਟ ਰੱਖਣੀ ਚਾਹੀਦੀ ਆ, ਕਿਸ ਤੁਹਾਡੇ ਯਾਰਾਂ ਦੋਸਤਾਂ ਤੋਂ ਬਿਨਾਂ ਕਿਸੇ ਨੂੰ ਨਹੀਂ ਪਤਾ ਹੋਣਾ ਚਾਹੀਦਾ ਤੁਸੀਂ ਕਿੱਥੇ ਹੋ, ਹੈ ਨਾ। ਉਹ ਸਿਲੈਕਟ ਆਲ ਕਰਕੇ ਸਭ ਨੂੰ ਸਨੈਪ ਲੋਕੇਸ਼ਨ ਸਭ ਭੇਜ ਦਿੰਦੇ ਆ, ਹੈ ਨਾ। ਅਸੀਂ ਹੁਣ ਕਸੌਲ ਗਏ,
ਚਲੋ ਅਸੀਂ ਥੋੜ੍ਹਾ ਜਿਹਾ ਘਰੇ ਦੱਸਿਆ ਨੇ ਅਸੀਂ ਕਿਹਾ ਵੀ ਅਸੀਂ ਅਨੰਦਪੁਰ ਸਾਹਿਬ ਤੱਕ ਮੱਥਾ ਟੇਕਣ ਗਏ ਹਾਂ, ਪਹਿਲਾਂ ਚੱਲ ਅਸੀਂ ਗਏ ਤਾਂ ਅਨੰਦਪੁਰ ਸਾਹਿਬ ਸੀ, ਉੱਥੋਂ ਸਾਡੀ ਸਲਾਹ ਬਦਲ ਗਈ ਅੱਗੇ ਮਨੀਕਰਨ ਸਾਹਿਬ ਜਾਣ ਦੀ, ਮੱਥਾ ਟੇਕ ਲਿਆ ਵਧੀਆ ਕੰਮ ਹੋ ਗਿਆ ਹੁਣ ਅੱਗੇ ਵੱਧ ਵੱਧ ਮਨੀਕਰਨ ਮਨੀਕਰਨ ਸਾਹਿਬ ਗਏ ਸੀ ਬੋਲਟਾਂ 'ਤੇ ਝੰਡੇ ਲਾ ਕੇ, ਆਹ 2 ਹਫ਼ਤੇ ਪਹਿਲਾਂ ਦੀ ਗੱਲ ਆ, ਅਤੇ ਉੱਥੇ ਜਾ ਕੇ ਬਈ ਉਹ ਮੁੰਡੇ ਨੇ ਨਾਲ ਦੀ ਨਾਲ ਆਪਦੀ ਸਨੈਪ 'ਤੇ ਲੋਕੇਸ਼ਨ ਸਾਰਿਆਂ ਨੂੰ ਭੇਜਤੀ, ਅਨੰਦਪੁਰ ਸਾਹਿਬ ਉਹ ਕਹਿੰਦੇ ਮਨੀਕਰਨ ਇੱਥੇ ਨੇੜੇ ਹੀ ਆ, ਉਹਨੇ ਮਨੀਕਰਨ ਸਾਹਿਬ ਉਹਦੀ ਲੋਕੇਸ਼ਨ ਪਾਤੀ ਬਾਈ, ਬਸ ਫਿਰ ਤਾਂ ਚੱਲ ਐਂ ਤਾਂ ਕਰਦੇ ਬਾਈ ਦੇਖ, ਮੈਂ ਤਾਂ ਬਹੁਤ ਲੱਕੀ ਹਾਂ ਵੀਰੇ, ਮੇਰੀ ਤਾਂ ਅੱਜ ਦੇਖ 30 ਦੀ ਏਜ ਹੋ ਗਈ, ਹੁਣ ਤੱਕ ਮੇਰੀ ਗੋਲਡਨ ਲਾਈਫ ਚੱਲ ਰਹੀ ਆ, ਹੁਣ ਵਿਆਹ ਕਰਾ ਲਓ, ਹਾਂ ਕਰਾਉਣਾ ਬਾਈ ਆ ਸਿਆਲਾਂ ਦੇ ਵਿੱਚ, ਐਤਕੀ ਮੈਂ ਵੀ ਜੰਜੀਰ ਪਵਾ ਲੈਣੀ ਆ, ਉਹ ਬਾਈ ਕੀ ਦੇਖੋ ਕੀ ਕਹਿ ਰਹੇ ਨੇ, ਕਹਿੰਦੇ ਬਾਅਦ ਚ ਮਿਲਣੀ ਕੋਈ ਨਹੀਂ, ਹਾਂ ਹਾਂ ਇਹ ਆ ਬਾਈ ਇੰਟਰਵਿਊ ਦਵਾਈਏ ਤੇਰੀ ਬੀਬੀ ਦੇਖੋ ਕੁੜੀ ਬਾਈ, ਨਹੀਂ ਮੈਨੂੰ ਵੀ ਇਹੀ ਡਰ ਆ ਵੀ 30 ਤੋਂ ਬਾਅਦ ਤਾਂ ਫਿਰ ਮੈਂ ਛੜਾ ਵੱਜਣ ਲੱਗ ਜੂ, ਹਜੇ ਤਾਂ ਕੁਵਾਰਾ ਕਹਿ ਦਿੰਦੇ ਨੇ ਹਨਾ, ਜਾਂ ਉੱਦਾਂ ਫਿਰ ਮੈਂ ਵੱਜਣ ਲੱਗ ਜੂੰਗਾ ਛੜਾ, ਫਿਰ ਇਹ ਕਹਿ ਹੋਰ ਵੀ ਛੜੇ ਕਿਵੇਂ, ਹੁਣ ਤਾਂ ਕਹਿੰਦੇ ਡਾਕਟਰ ਕੀ ਹਾਲ ਆ, ਫਿਰ ਕਿਆ ਕਹਿੰਦੇ ਹੋਰ ਛੜੇ ਕੀ ਹਾਲ ਆ ਬਾਈ, ਛੋਟਾ ਭਾਈ ਆ ਉਹਨੇ ਆਪਦੀ ਵਾਈਫ ਨੂੰ ਕਹਿਣਾ ਛੜੇ ਜੇਠ ਤੋਂ ਬਚ ਕੇ, ਮੇਰੇ ਚਾਚੇ ਦਾ ਮੁੰਡਾ ਮੇਰੇ ਤੋਂ ਛੋਟਾ, ਉਹਦਾ ਵਿਆਹ ਹੋ ਗਿਆ ਅਤੇ ਉਹਦੇ ਵਿਆਹ ਦੇ ਵਿੱਚ ਬਈ ਸਾਰੇ ਮੈਨੂੰ ਮਜ਼ਾਕ ਕਰਨ, ਅਤੇ ਮਜ਼ਾਕ ਕਰਨ 'ਚ ਆਪਾਂ ਵੀ ਵਧੀਆ, ਆਪਾਂ ਵੀ ਬੋਲਣ। ਅੱਛਾ ਬਾਈ ਡਾਕਟਰ ਨਾਮ ਬਾਈ ਦਾ ਕਿੱਦਾਂ ਪਿਆ? ਬਾਈ ਜੀ ਡਾਕਟਰ ਤਾਂ ਅਸੀਂ ਸਾਨੂੰ ਜਦੋਂ ਤੋਂ ਮਿਲਿਆ ਬਾਈ ਨੂੰ ਡਾਕਟਰ ਕਹਿੰਦੇ ਹਾਂ, ਡਾਕਟਰ ਬਾਈ ਕੋਲ ਹਰ ਇੱਕ ਚੀਜ਼ ਦੀ ਨਾ ਸਕੀਮ ਹੁੰਦੀ ਹੈ ਵੀਰੇ, ਤੁਸੀਂ ਕੋਈ ਤੁਹਾਨੂੰ ਪ੍ਰੋਬਲਮ ਹੈ, ਦੁੱਖ ਦਰਦ ਹੈ, ਤੁਹਾਨੂੰ ਦਿੱਕਤ ਹੈ, ਤੁਸੀਂ ਬਾਈ ਕੋਲੇ ਚੱਲ ਜਾਓ, ਬਾਈ ਕੋਲ ਇਲਾਜ ਹੈ, ਬਾਈ ਸਾਡਾ ਐਨਸਾਈਕਲੋਪੀਡੀਆ ਨਹੀਂ ਹੁੰਦਾ, ਵਿਕੀਪੀਡੀਆ ਹੁੰਦਾ ਗੂਗਲ 'ਤੇ ਜਿਹੜਾ, ਉਹ ਹੈ ਬਾਈ ਸਾਡਾ, ਫਿਰ ਬਾਈ ਦਾ ਨਾਂ ਅਸੀਂ ਪੱਕਾ ਡਾਕਟਰ ਰੱਖਦਾ, ਬਾਕੀ ਬਾਈ ਹਿਸਟਰੀ ਦੱਸੂਗਾ। ਜਿਵੇਂ ਜਿਵੇਂ ਦੇਖ ਮੂਸੇ ਵਾਲੇ ਨੇ ਨਹੀਂ ਰੱਖਿਆ ਡਾਕਟਰ ਵਹਿਮਾਂ ਦਾ, ਉਹ ਚੀਜ਼ ਆ, ਪਰ ਮੈਂ ਗਾਣੇ ਤੋਂ ਤਾਂ ਪਹਿਲਾਂ ਦਾ ਮੇਰਾ ਨਾਮ ਪਿਆ ਹੋਇਆ, ਨਾਮ ਪਿਆ ਸੀ ਬਈ ਮੇਰੇ ਚਾਚੇ ਦੇ ਮੁੰਡੇ ਨੇ ਪਾਇਆ ਸੀ, ਹੁਣ ਉਹ ਮੈਨੂੰ ਕਹਿੰਦਾ ਸੀ ਪਹਿਲਾਂ ਤਾਂ ਵੀਰਾ ਕਹਿੰਦਾ ਸੀ, ਫਿਰ ਚਲੋ ਮੈਂ ਨਰਸਿੰਗ ਕਰਨ ਚਲੇ ਗਿਆ, ਉੱਥੇ ਜਾ ਕੇ ਮੈਂ ਨਰਸਿੰਗ 3.5 ਸਾਲ ਹੋਸਟਲ ਲਾ ਕੇ ਆਇਆ, ਉਦੋਂ ਬਾਅਦ ਜਦੋਂ ਮੈਂ ਘਰੇ ਆਇਆ ਫਿਰ ਮੇਰੇ ਚਾਚੇ ਦੇ ਮੁੰਡੇ ਨੂੰ ਮੈਨੂੰ ਵੀਰਾ ਕਹਿਣਾ ਥੋੜ੍ਹਾ ਔਡ ਜਿਹਾ ਲੱਗਣ ਲੱਗ ਗਿਆ, ਕਿਉਂਕਿ ਉਹ ਵੀ ਮੇਰੇ ਬਰਾਬਰ ਦਾ ਹੋ ਗਿਆ ਹਨਾ, ਉਹ ਵੀ 6 ਫੁੱਟ ਦਾ ਹੋ ਗਿਆ, ਫਿਰ ਬਈ ਉਹ ਮੈਨੂੰ ਡਾਕਟਰ ਕਹਿਣ ਲੱਗ ਗਿਆ, ਬਸ ਉੱਥੋਂ ਮੇਰਾ ਡਾਕਟਰ ਨਾਮ ਪੱਕ ਕੇ, ਫਿਰ ਤੈਨੂੰ ਪਤਾ ਆਪਾਂ ਹੁਣ ਹੈ ਹੀ ਡਾਕਟਰ ਸਾਰੇ। ਬਾਈ ਦੇ ਤਾਂ ਮੈਂ ਗੱਲ ਪੁੱਛਣੀ ਭੁੱਲ ਗਿਆ, ਪਹਿਲਾਂ ਬਾਈ ਦੇ ਵੀ ਬਾਈ ਨੇ ਸਾਰਿਆਂ ਦੇ ਭੇਤ ਖੋਲ੍ਹਤੇ, ਹੁਣ ਤੁਹਾਡੀ ਵਾਰੀ ਆ, ਬਾਈ ਦੀ ਸਹੇਲੀ ਦੱਸੋ ਰਹੀ ਸੀ ਪਹਿਲਾਂ। ਯਾਰ ਬਾਈ ਸਹੇਲੀ ਤਾਂ ਹੋਣੀ ਅੱਜ ਕੱਲ੍ਹ ਸਭ ਦੀ ਹੁੰਦੀ ਹੈ, ਬਾਈ ਦੀ ਤਾਂ ਕਈ ਹੋਣੀ ਆ, ਬਾਈ ਦੇਖੀ ਯਾਰ ਪਤਾ ਕੀ ਆ, ਆਪਣਾ ਵੀਰੇ ਲਾਰੇ ਲੱਪੇ ਵਾਲਾ ਕੰਮ ਕਿਸੇ ਨਾਲ ਨਹੀਂ, ਠੀਕ ਆ, ਆਪਾਂ ਇਹ ਨਹੀਂ ਕਹਿੰਦੇ ਵੀ ਤੇਰੇ ਨਾਲ ਵਿਆਹ ਕਰੂੰਗਾ, ਆਹ ਕਰੂੰਗਾ, ਉਹ ਕਰੂੰਗਾ, ਮੇਰੀ ਚੱਲ ਸਹੇਲੀ ਹੈਗੀਆਂ ਵੀ ਨੇ ਜੇ, ਜਾਂ ਹੈਗੀ ਆ ਜਾਂ ਹੈਗੀਆਂ ਨੇ, ਉਹਨਾਂ ਨਾਲ ਮੇਰਾ ਇਹ ਕੋਈ ਕਰਾਰ ਨਹੀਂ ਵੀ ਮੈਂ ਵਿਆਹ ਕਰਾਉਣਾ ਜਾਂ ਆਪਣਾ ਕੋਈ ਫਿਊਚਰ ਆ। ਪਿਆਰ ਸੱਚੇ ਦਿਲੋਂ, ਪਿਆਰ ਯਾਰ ਦੇਖ, ਨਹੀਂ ਪਿਆਰ ਹਜੇ ਮੈਂ ਕਿਸੇ ਨੂੰ ਉਹ ਵਾਲਾ ਨਹੀਂ ਕੀਤਾ, ਹਾਂ ਡੂੰਘਾ ਵਾਲਾ ਨਹੀਂ ਕੀਤਾ ਹਜੇ, ਮਤਲਬ ਵੀ ਐਜ਼ ਜਿਵੇਂ ਐਜ਼ ਅ ਫਰੈਂਡ ਨਹੀਂ ਆਪਾਂ ਪਿਆਰ ਕਰਦੇ ਹੁੰਦੇ, ਚੱਲ ਯਾਰ ਹੁਣ ਕਾਹਦਾ ਸੰਗਣਾ, ਅੱਜ ਕੱਲ੍ਹ ਤੈਨੂੰ ਪਤਾ ਐਡਵਾਂਸ ਹੋ ਗਿਆ ਟਾਈਮ, ਫਰੈਂਡਸ ਵਿਦ ਬੈਨੀਫਿਟ ਲਾ ਲਾ ਜਾਂ ਹੋਰ ਲਾ ਲਾ ਹਨਾ, ਚੱਲ ਫਿਰ ਮੁੜ ਕੇ ਫਰੈਂਡਾਂ ਦੇ ਵਿੱਚੋਂ ਬੰਦੇ ਨੂੰ ਇਹ ਹੋ ਜਾਂਦਾ ਆ ਵੀ ਆਹ ਕੁੜੀ ਮੇਰੇ ਲਈ ਠੀਕ ਆ, ਇਹਦੇ ਨਾਲ ਮੇਰਾ ਫਿਊਚਰ ਸਹੀ ਹੋ ਸਕਦਾ, ਹੁਣ ਬਾਈ ਅੱਜ ਕੱਲ੍ਹ 10 ਚੋਂ 7 ਕੁੜੀਆਂ ਰੈੱਡ ਫਲੈਗ ਨਿਕਲ ਰਹੀਆਂ ਨੇ, ਬੁਰਾ ਹਾਲ, ਕੰਡੀਸ਼ਨ ਵਰਸ ਹੋਈ ਪਈ ਆ, ਰੀਲਾਂ ਦਾ ਬੇੜਾ ਗਰਕ ਹੋਇਆ ਪਿਆ ਹਨਾ, ਕੁੜੀਆਂ ਨੇ ਬਾਈ ਫਰੈਂਡ ਆਪਣਾ ਬਾਈ ਨੇ ਟੈਟੂ ਟੈਟੂ ਟੂਟੂ ਬਾਹਲੇ ਪਵਾਏ ਹੋਏ ਨੇ ਬਾਈ, ਟੈਟੂਆਂ ਦਾ ਕੀ ਰਾਜ ਹੈ ਜੀ?
ਰਾਜ ਕੀ ਹੁੰਦਾ ਭਰਾ ਬਸ ਸ਼ੌਂਕ ਹੈ ਬਾਈ ਦਾ ਵੇਖੋ ਇਹ ਹੈ ਕੀ ਨਾਮ ਹੈ ਸੋਢੀ ਕਿੱਧਰ ਗਿਆ ਲਿਆਓ ਲਿਆਓ ਟੈਟੂ ਆ ਜਾਓ ਟੈਟੂ ਹੁਣ ਦਿਖਾ ਦਿਓ ਨਾਲੇ ਮਤਲਬ ਦੱਸਣਾ ਇਹਦਾ ਜੇ ਕੋਈ ਦਿਖਾ ਦੇ ਕੋਈ ਚੱਕਰ ਨੀ ਇਹ ਵਾਲਾ ਨੀ ਇਹ ਵਾਲਾ ਇਹ ਉਰੇ ਵਾਲਾ ਨਹੀਂ ਨਹੀਂ ਜਾਂ ਫਿਰ ਕੰਮ ਕਰਦੇ ਭਾਜੀ ਕੁਐਸਚਨ ਹੈ ਨਾਲੇ ਇੱਕ ਮਿੰਟ ਕੁਐਸਚਨ ਹੈ ਨਾਲੇ ਬਾਈ ਬਾਈ ਕਹੀ ਜਾਂਦੇ ਉਹ ਭਾਬੀ ਨੇ ਦੇਖ ਲੈਣਾ ਤੇਰੀ ਅੱਛਾ ਬਾਈ ਆਊਟ ਰੂਟ ਕਿਹੜੀ ਆਪਣੇ ਸ਼ੋਅ ਦਾ ਨਾਮ ਆ ਤੇ ਤੁਸੀਂ ਸਾਰੇ ਇੱਕ ਵਾਰ ਅਨਾਊਂਸ ਕਰ ਦਿਓ ਸਾਡਾ ਸ਼ੋਅ ਸਾਰੇ ਜ਼ਰੂਰ ਦੇਖੋ ਲਾਈਕ ਸ਼ੇਅਰ ਕਰ ਦਿਓ ਜੇ ਵਧੀਆ ਲੱਗਿਆ ਤੁਹਾਨੂੰ ਬਾਈ ਮਤਲਬ ਕੰਟੀਨਿਊ ਚ ਕਰਨਾ ਜਾਂ ਕੱਟ ਲੈ ਕੇ ਕਰਨਾ ਤੁਹਾਡਾ ਦਿਲ ਕਰਦਾ ਇੱਧਰ ਨੇੜੇ ਨੇੜੇ ਜੇ ਹੋ ਜਾਓ ਨੇੜੇ ਨੇੜੇ ਜੇ ਹੋ ਜਾਓ ਸਾਰਿਆਂ ਨੇ ਆ ਮਾਈਕ ਹਾਂ ਸਾਰਿਆਂ ਨੇ ਰਲ ਕੇ ਕਹਿਣਾ ਆ ਆਊਟ ਰੂਟ ਕਿਹੜੀ ਪੰਜਾਬੀ ਡਾਗ 5 ਤੇ ਹਾਂ ਸਾਰੇ ਦੇਖੋ ਸਾਡੇ ਸਾਰਿਆਂ ਵੱਲੋਂ ਰਿਕੁਐਸਟ ਆ ਆਊਟ ਰੂਟ ਗੇੜੀ ਪੰਜਾਬੀ ਡਾਗ 5 ਨੂੰ ਸਬਸਕ੍ਰਾਈਬ ਕਰੋ ਤੇ ਬਾਈ ਨੂੰ ਇੰਸਟਾਗ੍ਰਾਮ ਤੇ ਵੀ ਫੋਲੋ ਕਰੋ ਅਜੇ ਬਿਲਾ ਦੇ ਨਾਮ ਤੋਂ ਬਾਈ ਥੈਂਕ ਯੂ ਥੈਂਕ ਯੂ ਬਾਈ ਵੀ ਡੀਵੀ ਬਾਈ ਕੀ ਕਹਿੰਦੇ ਡੀਓ ਕੀ ਕਹਿੰਦੇ ਹੁੰਦੇ ਨੇ ਉਹ ਸਾਡੇ ਡੀਓਪੀ ਡੀਓਪੀ ਵੀ ਕਹਿੰਦੇ ਆ ਬਾਈ ਗੁਰਪ੍ਰੀਤ ਸਿੰਘ ਹਾਂ ਕਹਿੰਦੇ ਵੀ ਰਹੇ ਨੇ ਪੂਰਾ ਐਂਡ ਨਹੀਂ ਅੱਜ ਕੱਲ੍ਹ ਤਾਂ ਬਾਈ ਮੁੰਡਿਆਂ ਦੇ ਹੱਥ ਕੰਮ ਦੇ ਨੇ ਬਾਈ ਨੇ ਪੂਰਾ ਕੈਮਰਾ ਸਟੇਬਲ ਰੱਖਿਆ ਹੋਇਆ ਬਾਈ ਦੀ ਵੀ ਐਨ ਧਾਕੜ ਗੱਲ ਵਾ ਡੌਲਿਆਂ 'ਚ ਬਹੁਤ ਜ਼ੋਰ ਆ ਰਿਹਾ ਬਾਈ ਦੇਖ ਰਿਹਾ ਕੈਮਰਾ ਸਾਹਮਣੇ ਘਰ ਦੀ ਖਰਾਕ ਖਾਂਦਾ ਬਾਈ ਦੇਖ ਰਿਹਾ ਧੰਨਵਾਦ ਬਾਈ ਅੱਜ ਦਾ ਸ਼ੋਅ ਤੁਹਾਨੂੰ ਕਿੱਦਾਂ ਦਾ ਲੱਗਿਆ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਅਜੇ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਬਾ ਖੈਰ